ਐਗਰੀਕਲਚਰ ਸੈਕਟਰ ਦੇ ਅੰਦਰ ਤਿੰਨ ਕਾਨੂੰਨ ਜਿਨ੍ਹਾਂ ਦੇ ਬਾਰੇ ਅਸੀਂ ਸਾਰੇ ਜਾਣਦੇ ਆ ਕਿ ਲੰਮਾ ਚੌੜਾ ਸੰਘਰਸ਼ ਚੱਲਿਆ। ਇਸ ਸੰਘਰਸ਼ ਦੇ ਬਿਨਾਂ ਦੇ ਉੱਤੇ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਖੜੀਆਂ ਹੋਈਆਂ ਜਿਨ੍ਹਾਂ ਦੀ ਲਗਾਤਾਰ ਪੜਤਾਲ ਤੇ ਪਰਚੌਲ ਕਰਨੀ ਬਣ ਜਾਂਦੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਵੀ ਮਹਾਰਾਜ ਦੇ ਬਾਰੇ ਲਗਾਤਾਰ ਗੱਲਾਂ ਕਰਨਗੇ। ਅਤੇ ਨਰਿੰਦਰ ਮੋਦੀ ਹੁਣਾਂ ਦਾ ਗੁਰਨਾਣਗ ਗੁਰਪੁਰਪrakash ਦਿਹਾੜੇ ਮੌਕੇ ਜਦੋਂ ਪਹਿਲੀ ਵਾਰ ਇਸ ਦੇਸ਼ ਨੂੰ ਸੰਬੋਧਨ ਹੋਇਆ ਅਤੇ ਉਸ ਦੇ ਵਿੱਚ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਤਿੰਨ ਖੇਤੀ ਕਾਨੂੰਨ ਵਾਪਸ ਲੈ ਰਹੇ ਹਾਂ ਇਹਨੂੰ ਵਰਨੇਕੂਲਰ ਮੀਡੀਆ ਤੋਂ ਲੈ ਕੇ ਕੁਮਾਂਤਰੀ ਪੱਤਰਕਾਰੀ ਦੇ ਵਿੱਚ ਥਾਂ ਮਿਲੀ ਇਸ ਨੂੰ ਲੈ ਕੇ ਚਰਚਾਵਾਂ ਨੇ ਅਤੇ ਇਸੇ ਚਰਚਾਵਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਐਗਰੀਕਲਚਰ ਸੈਕਟਰ ਦੀਆਂ ਉਹਨਾਂ ਸਾਰੀਆਂ ਸੰਭਾਵਨਾਵਾਂ ਨੂੰ ਖੋਖਿਆ ਜਾ ਰਿਹਾ ਉਹ ਸਾਰੀਆਂ ਕੀ ਸੰਭਾਵਨਾਵਾਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਕਿਹੋ ਜਿਹੇ ਕਦਮ ਹੋਣਗੇ ਪੰਜਾਬ ਦੀ ਖੇਤੀਬਾੜੀ ਇਸ ਦੇ ਵਿੱਚੋਂ ਆਪਣਾ ਕਿਹੋ ਜਿਹਾ ਰਾਹ ਵੇਖੇਗੀ ਪੰਜਾਬ ਤੋਂ ਬਾਹਰ ਦੀ ਖੇਤੀਬਾੜੀ ਕਿਹੋ ਜਿਹਾ ਰਾਹ ਵੇਖੇਗੀ ਬਿਹਾਰ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕਿਸਾਨ ਇਸ ਨੂੰ ਲੈ ਕੇ ਕੀ ਸੋਚਣਗੇ ਮਹਾਰਾਸ਼ਟਰ ਦੀ ਖੇਤੀ ਜਿਸ ਦੇ ਵਿੱਚ ਲਗਾਤਾਰ ਸਾਡੇ ਤੱਕ ਖਬਰਾਂ ਆਉਂਦੀਆਂ ਨੇ ਕਿ ਵੇਦਰਬ ਦੇ ਅੰਦਰ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਦੀ ਖੇਤੀਬਾੜੀ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਬਦਲਾਅ ਹੋਣਗੇ ਜੇ ਤਿੰਨ ਕਾਨੂੰਨ ਵਾਪਸ ਲੈ ਲੇ ਲੈਂਡ ਦਾ ਐਲਾਨ ਹੋ ਗਿਆ ਇਸ ਤੋਂ ਬਾਅਦ ਕੀ ਹੋਏਗਾ ਇਹ ਸਾਰੀਆਂ ਗੱਲਾਂ ਹਰ ਕਿਸੇ ਦੀ ਜ਼ੁਬਾਨ ਤੇ ਨੇ ਇਹ ਹਰ ਕਿਸੇ ਦੇ ਮਨ ਚ ਨੇ ਅਤੇ ਹਰ ਕੋਈ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਿਹਾ 99 ਮਿੰਟ ਦੇ ਅੰਦਰ ਮੈਂ ਹਰਪੀ ਸਿੰਘ ਕਾਲੂ ਅਤੇ ਅੱਜ ਅਸੀਂ ਇਸ ਦੇ ਬਾਰੇ ਹੋਰ ਬਿਹਤਰੀ ਦੇ ਨਾਲ ਸਮਝਣ ਦੇ ਲਈ ਡਾਕਟਰ ਗਿਆਨ ਸਿੰਘ ਕੋਲ ਆਏ ਹਾਂ ਡਾਕਟਰ ਗਿਆਨ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਅਰਥ ਸ਼ਾਸਤਰ ਦੇ ਪ੍ਰੋਫੈਸਰ ਰਹੇ ਨੇ ਅਤੇ ਉਹਨਾਂ ਨੇ ਲਗਾਤਾਰ ਪੰਜਾਬ ਦੀ ਖੇਤੀਬਾੜੀ ਨੂੰ ਪੰਜਾਬ ਦੇ ਖੇਤੀਬਾੜੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਆਪਸੀ ਰਿਲੇਸ਼ਨ ਨੂੰ ਅਤੇ ਹੋਰ ਬਹੁਤ ਸਾਰੇ ਅਜਿਹੇ ਰੂਪਕਾਂ ਨੂੰ ਲਗਾਤਾਰ ਸਟੱਡੀ ਕੀਤਾ ਇਸ ਦੇ ਉੱਤੇ ਲਿਖਦੇ ਰਹਿੰਦੇ ਨੇ ਉਹਨਾਂ ਦਾ ਨਜ਼ਰੀਆ ਇਸ ਦੌਰਾਨ ਜਾਣਨਾ ਬਹੁਤ ਜ਼ਰੂਰੀ ਹੈ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਗੇ ਸ਼ੁਕਰੀਆ ਜੀ ਕਹਾਲੂ ਸਾਹਿਬ ਤੁਸੀਂ ਵੀ ਇਹ ਐਲਾਨ ਸੁਣਿਆ ਹੋਵੇਗਾ ਮਤਲਬ ਬਹੁਤ ਸਾਰੇ ਲੋਕ ਤੈਨੂੰ ਖੁਸ਼ੀ ਦੀ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਆ ਪਰ ਇੱਕ ਅਰਥਸ਼ਾਸਤਰੀ ਕਿਸ ਤਰ੍ਹਾਂ ਸੋਚ ਰਿਹਾ ਹੋਵੇਗਾ ਇਸ ਦੌਰਾਨ ਦੇਖੋ ਜਿਹੜਾ ਇਹ ਐਲਾਨ ਹੈ ਇਹ ਇਹਦੇ ਨਾਲ ਇੱਕ ਗੱਲ ਤਾਂ ਜ਼ਰੂਰ ਹੈ ਕਿ ਕੁਝ ਰਾਹਤ ਹੈਗੀ ਕਿ ਕੇਂਦਰ ਸਰਕਾਰ ਨੇ ਇਹ ਮੰਨਿਆ ਕਿ ਇਹ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ ਜਿਹੜੇ ਕਿ ਲੈ ਜਾਣਗੇ ਇਹਦੇ ਕੋਈ ਰੌਲਾ ਨਹੀਂ ਹੈਗਾ ਪਰ ਜਿਤਕ ਤੁਸੀਂ ਅਨਾਉਂਸ ਦੇ ਹਿਸਾਬ ਨਾਲ ਪੁੱਛਿਆ ਉਹ ਜਵਾਬ ਕੁਝ ਹੋਰ ਹੈ ਜੇ ਤਿੰਦ ਤਿੰਨੇ ਕਾਨੂੰਨ ਵਾਪਸ ਲੈ ਲੈ ਜਾਂਦੇ ਜਿਹੜਾ ਕਿ ਪ੍ਰਾਈਮ ਮਿਨਿਸਟਰ ਦਾ ਪਬਲੀਕਲੀ ਅਨਾਉਂਸਮੈਂਟ ਹੈ ਉਸ ਤੋਂ ਬਾਅਦ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਨਹੀਂ ਲੈ ਜਾਣਗੇ ਤਿੰਨੇ ਰਿਪੀਲ ਹੋ ਗਏ ਉਸ ਤੋਂ ਬਾਅਦ ਅਸੀਂ ਕਿੱਥੇ ਹੋਵਾਂਗੇ 5 ਜੂਨ 2020 ਤੇ 5 ਜੂਨ 2020 ਨੂੰ ਕੀ ਸੀ ਕਿਸਾਨਾਂ ਖੇਤ ਮਜ਼ਦੂਰਾਂ ਤੇ ਪਿੰਡੂ ਛੋਟੇ ਕਾਰੀਗਰਾਂ ਦੇ ਸਿਰ ਪਹਾੜ ਜਿੱਡਾ ਕਰਜਾ ਹੋਰ ਗਰੀਬੀ ਅਤੇ ਖੁਦਕੁਸ਼ੀਆਂ ਅਸੀਂ ਉੱਥੇ ਹੋਵਾਂਗੇ ਜੇ ਤਿੰਨ ਦੇ ਤਿੰਨੇ ਕਾਨੂੰਨ ਵਾਪਸ ਲੈ ਜਾਂਦੇ ਨੇ ਪਰ ਗੱਲ ਤੇ ਅੱਗੇ ਹੈਗੀ ਕਿ ਤਿੰਨੇ ਕਾਨੂੰਨ ਇਕੱਲੇ ਵਾਪਸ ਲੈਣ ਨਾਲ ਗੱਲ ਨਹੀਂ ਬਣਨੀ ਹੈਗੀ ਇਹਦੇ ਨਾਲ ਹੋਰ ਬਹੁਤ ਕੁਝ ਹੈਗਾ ਜਿਹਦੇ ਨਾਲ ਖੇਤੀਬਾੜੀ ਤੇ ਨਿਰਪਰ ਤਿੰਨੇ ਜਿਹੜੇ ਵਰਗ ਨੇ ਕਿਸਾਨ ਖੇਤ ਮਜ਼ਦੂਰ ਦੇ ਪਿੰਡ ਛੋਟੇ ਗਾਰੀਗਰ ਉਹਨਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਂਦੇ ਹੋਏ ਸਾਰੇ ਭਾਰਤੀਆਂ ਲਈ ਇਹ ਰੋਟੀ ਤੇ ਰੁਜ਼ਗਾਰ ਦਾ ਇੰਤਜ਼ਾਮ ਕੀਤਾ ਜਾ ਸਕੇ ਇਸ ਦੇ ਵਿੱਚ ਆਪਣੇ ਆ ਦੇ ਵਿੱਚ ਵੱਡਾ ਚੈਲੰਜ ਹੈ ਚੁਣੌਤੀ ਹੈ ਇਸ ਦੌਰਾਨ ਦੀ ਮੌਜੂਦਾ ਸਰਕਾਰ ਤੇ ਇਸ ਵਾਅਦੇ ਨਾਲ ਆਈ ਸੀ ਕਿ ਅਸੀਂ ਕਰਜ਼ ਮੁਕਤ ਪੰਜਾਬ ਕਰਾਂਗੇ ਅਰਜ਼ਮੁਖਤ ਪੰਜਾਬ ਦੇ ਅੰਦਰ ਕਿਸਾਨੀ ਵੀ ਆ ਤਿੰਨ ਕਾਨੂੰਨ ਸਰਕਾਰ ਇਸ ਤਰ੍ਹਾਂ ਪੇਸ਼ ਕਰ ਰਹੀ ਸੀ ਕਿ ਬਹੁਤ ਵੱਡੀ ਉਮੀਦ ਹੈ ਪਰ ਇਹ ਤਿੰਨ ਕਾਨੂੰਨ ਜਦੋਂ ਵਾਪਸ ਲੈ ਲਏ ਜਿਵੇਂ ਤੁਸੀਂ ਕਹੇ ਸਿਚੁਏਸ਼ਨ ਉੱਥੇ ਹੈ ਅਖੀਰ ਤੱਕ ਹੀ ਫਿਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਵੱਲ ਵੇਖਣਾ ਹੋਵੇਗਾ ਜਾਂ ਇਸ ਤੋਂ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਥੋੜਾ ਵਿਸਥਾਰ ਨਾਲ ਸਾਡੇ ਦਰਸ਼ਕਾਂ ਤੱਕ ਦੱਸੋ ਇਹ ਗੱਲ ਕਾਲਨ ਸਾਹਿਬ ਗੱਲ ਇਹ ਹੈ ਕਿ ਤੁਸੀਂ ਮੈਨੂੰ ਇਹ ਲੱਗਦਾ ਤੁਹਾਡੇ ਸਵਾਲ 'ਚ ਤੁਸੀਂ ਪੰਜਾਬ ਸਰਕਾਰ ਦੇ ਕਰਜ਼ਾ ਮੁਆਫੀ ਬਾਰੇ ਗੱਲ ਕੀਤੀ ਹੈ ਜੀ ਠੀਕ ਹੈ ਜੀ ਗੱਲ ਇਹ ਇਹ ਜੇ ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਬਾਰੇ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਬਾਰੇ ਕਿਹਾ ਸੀ ਭਾਵੇਂ ਉਹ ਸੰਸਥਾਗਤ ਹੋਵੇ ਭਾਵੇਂ ਗੈਰ ਸੰਸਥਾਗਤ ਹੋਵੇ ਸਾਰੀ ਤਰ੍ਹਾਂ ਦੇ ਸਾਰੇ ਕਰਜ਼ੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੋ ਜੂਗੀ ਉਹਨਾਂ ਨੇ ਨਹੀਂ ਦੇਣੇ ਉਹ ਤਾਂ ਸਰਕਾਰ ਪੂਰਾ ਨਹੀਂ ਉਤਰੀ ਕਿਸਾਨਾਂ ਦੇ ਕਰਜ਼ੇ ਜਿਹੜੇ 1 ਲੱਖ ਕਰੋੜ ਰੁਪਏ ਤੋਂ ਉੱਪਰ ਦੇ ਬਾਰੇ ਐਸਟੀਮੇਟ ਨੇ ਤੇ ਉਹਨਾਂ ਚੋਂ ਸਿਰਫ 4000 ਛੇ ਸੌ ਚੌਵੀ ਕਰੋੜ ਰੁਪਏ ਦੇ ਕਰਜ਼ੇ ਜਿਹੜੇ ਹੈਗੇ ਉਹ ਇਹਨਾਂ ਨੇ ਮਾਫ ਕੀਤੇ ਨੇ ਤੇ ਹਲੇ ਤਕਰੀਬਨ ਇਹ 20 22 ਗੁਣਾ ਹੋਰ ਰਹਿੰਦਾ ਹੈ ਜਿਹੜਾ ਇਹਨਾਂ ਨੇ ਨਹੀਂ ਮਾਫ ਕੀਤਾ ਤੇ ਖੇਦਮਨੀ ਦੌਰਾਨ ਤਾਂ ਸਿਰਫ 500 ਕਰੋੜ ਦੇ ਨਜ਼ਦੀਕ ਅਨਾਉਂਸਮੈਂਟ ਹੋਈ ਆ ਉਹ ਵੀ ਸੰਸਥਾਗਤ ਕਰ ਜਾਂਦੀ ਖੇਤ ਮਜ਼ਦੂਰਾਂ ਦੇ ਸੰਸਥਾਗਤ ਕਰਜ਼ੇ ਕਿੰਨੇ ਕਿੰਨੇ ਉਹਦੇ ਤਾਂ ਜ਼ਿਆਦਾ ਕਰਜ਼ੇ ਜਿਹੜੇ ਹੈਗੇ ਗਰਗ ਸੰਸਥਾਗਤ ਸਰੋਤਾਂ ਤੋਂ ਹੁੰਦੇ ਆ ਸ਼ਾਹੂਕਾਰ ਦਾ ਕਰਜ਼ਾ ਹੁੰਦਾ ਦੁਕਾਨਦਾਰ ਦਾ ਕਰਜ਼ਾ ਹੁੰਦਾ ਮਾਈਕਰੋ ਫਾਈਨੈਂਸ ਕੰਪਨੀਆਂ ਦੇ ਕਰਜ਼ੇ ਨੇ ਹੋਰ ਇਸ ਜਾਂ ਜਿੱਥੇ ਉਹ ਖੇਤੀ ਕਰਦੇ ਨੇ ਮਤਲਬ ਦਾ ਜਿਹੜਾ ਹੈਗਾ ਨੌਕਰੀ ਕਰਦੇ ਨੇ ਉਹਨਾਂ ਕਿਸਾਨਾਂ ਦੇ ਵੀ ਕਰਜ਼ੇ ਹੁੰਦੇ ਨੇ ਇਸ ਲਈ ਉਹਨਾਂ ਲਈ ਰੀਲੀਫ ਤਾਂ ਬਹੁਤ ਹੀ ਘੱਟ ਅਨਾਉਂਸਮੈਂਟ ਹੈ ਤੇ ਉਹ ਜੋ ਕਿੰਨਾ ਦਿੰਦੇ ਆ ਉਹ ਹੋਊਗਾ ਹੂੰ ਜਿਹੜੀ ਕਰਜ਼ਾ ਮਾਫੀ ਦੀ ਗੱਲ ਹੈ ਉਹ ਤਾਂ ਸਰਕਾਰ ਆਪਦੇ ਵਾਦੇ ਤੋਂ ਮੁੱਕਰੀ ਹੈਗੀ ਕਿ ਜਿੰਨੇ ਵੱਡੇ ਵਾਦਾ ਕਰਕੇ ਚੋਣ ਜਿੱਤੇ ਸੀ ਉਹ ਉਹਦੇ ਤੇ ਪੂਰੇ ਨਹੀਂ ਉਤਰੇ ਹੈਗੇ ਤੇ ਇਹਦੇ ਨਾਲ ਨਾਲ ਜੇ ਆਪਾਂ ਦੇਖੀਏ ਕਿ ਕਰਜ਼ਾ ਮਾਫੀ ਚ ਕੀ ਕੱਲਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਨਹੀਂ ਕਿਸਾਨ ਤੇ ਸਾਰੇ ਦੇਸ਼ ਲਈ ਅਨਾਜ ਪੈਦਾ ਕਰਦੇ ਨੇ ਇਹ ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਰੌਲਾ ਕੱਲਾ ਕਰਜ਼ਾ ਮਾਫੀ ਦਾ ਨਹੀਂ ਹੈਗਾ ਕਰਜਾ ਮੁਕਤੀ ਹੋਣੀ ਚਾਹੀਦੀ ਹੈ ਕਰਜਾ ਮਾਫੀ ਇੱਕ ਵਾਰੀ ਜੇ ਸਾਰੀ ਸਾਰੀ ਤੇ ਲਕੀਰ ਵੀ ਫੇਰ ਦਿੱਤੀ ਜਾਵੇ ਫਿਰ ਆਉਣ ਵਾਲੇ ਦਿਨ ਤੋਂ ਕਰਜਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜੇ ਬਖਵਾਖੇ ਦੇ ਆਏ ਨੇ ਉਹ ਦੱਸਦੇ ਆ ਕਿ ਸਮਾਨਤਾ ਤੇ ਛੋਟੇ ਕਿਸਾਨ ਖੇਤ ਮਜ਼ਦੂਰ ਤੇ ਪਿੰਡੂ ਛੋਟੇ ਕਾਰੀਗਰ ਸਿਰਫ ਦੋ ਡੰਗ ਦੀ ਰੋਟੀ ਲਈ ਚੁੱਲਾ ਬਣਦਾ ਰੱਖਣ ਲਈ ਵੀ ਕਰਜ਼ਾ ਲੈਂਦੇ ਨੇ ਉਹਨਾਂ ਨੇ ਜਿਹੜਾ ਮੁੜ ਕੇ ਉਧਾਰ ਲਿਆ ਜਾਊਗਾ ਉਹ ਸਮੇਂ ਸਿਰ ਮੋੜਨਾ ਨਹੀਂ ਉਹ ਕਰਜ਼ਾ ਬਣੂਗਾ ਕਰਜ਼ਾ ਤਾਂ ਕਿੱਥੋਂ ਮੋੜਨਾ ਹੈ ਉਹ ਤਾਂ ਅਗਲੇ ਦੋ ਡੰਗ ਦੀ ਰੋਟੀ ਲਈ ਵੀ ਜਿਹੜਾ ਹੈਗਾ ਉਧਾਰ ਲੈਂਦੇ ਨੇ ਜਿਹੜਾ ਮੁੜ ਕੇ ਫੇਰ ਕਰਜ਼ਾ ਬਣ ਜਾਂਦਾ ਹੈਗਾ ਇਸ ਲਈ ਜਿਹੜੀ ਕਰਜ਼ਾ ਮਾਫੀ ਵਾਲੀ ਗੱਲ ਹੈ ਉਹ ਲਕੀਰ ਫੇਰਨ ਨਾਲ ਨਹੀਂ ਖਤਮ ਹੋਣੀ ਉਹ ਕਰਜ਼ਾ ਮੁਕਤੀ ਨਾਲ ਗੱਲ ਬਣੂਗੀ ਕਰਜ਼ਾ ਮੁਕਤੀ ਸਿਰਫ ਲਕੀਰਾਂ ਫੇਰਨ ਨਾਲ ਨਹੀਂ ਹੋਣੀ ਉਹ ਦੇਸ਼ ਦਾ ਆਰਥਿਕ ਵਿਕਾਸ ਮਾਡਲ ਅਤੇ ਖੇਤੀਬਾੜੀ ਨੀਤੀਆਂ ਬਦਲਣ ਦੇ ਨਾਲ ਹੋਊਗੀ ਜੇ ਖੇਤੀਬਾੜੀ ਦੇਸ਼ ਦਾ ਆਰਥਿਕ ਵਿਕਾਸ ਮਾਡਲ ਪ੍ਰੋ ਕਾਰਪੋਰੇਟ ਤੋਂ ਰੋ ਪੀਪਲ ਤੇ ਪ੍ਰੋ ਨੇਚਰ ਕੀਤਾ ਜਾਊਗਾ ਫੇਰ ਤੇ ਗੱਲ ਬਣਦੀ ਹੈ ਤੇ ਫਿਰ ਉਹ ਜਿਹੜੇ ਐਗਰੀਕਲਚਰ ਪਾਲਿਸੀ ਨੇ ਉਹ ਇਸ ਤਰ੍ਹਾਂ ਡਿਜ਼ਾਈਨ ਤੇ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਕਿ ਜਿਹਦੇ ਨਾਲ ਖੇਤੀਬਾੜੀ ਕਰਨ ਵਾਲੇ ਤਿੰਨੇ ਵਰਗ ਆਉਂਦੀਆਂ ਘੱਟੋ ਘੱਟ ਜ਼ਿੰਦਗੀ ਦੇ ਮੁੱਢਲੇ ਸੱਤ ਲੋੜਾਂ ਰੋਟੀ ਕੱਪੜਾ ਮਕਾਨ ਸਿੱਖਿਆ ਸਿਹਤ ਸੰਭਾਲ ਸਾਫ਼ ਵਾਤਾਵਰਨ ਦੇ ਸਮਾਜਿਕ ਸੁਰੱਖਿਆ ਸਤਕਾਰਯੋਗ ਢੰਗ ਨਾਲ ਪੂਰੀਆਂ ਕਰ ਸਕਣ ਫੇਰ ਗੱਲ ਬਣਦੀ ਹੈਗੀ ਨਹੀਂ ਤਾਂ ਜਿਹੜਾ ਹੈਗਾ ਅਸੀਂ ਏ 1960ਵਿਆਂ 'ਚ ਦੇਸ਼ ਨੇ ਜੀ ਅਮਰੀਕਾ ਤੋਂ ਪੀਐਲ 480 ਅਧੀਨ ਉਹਦੇ ਸ਼ਰਤਾਂ ਮੰਨ ਕੇ ਅਨਾਜ ਮੰਗਵਾਇਆ ਸੀ ਜਿਸ ਤਰ੍ਹਾਂ ਸੀ ਕਰਦੇ ਰਹੇ ਜਿਹੜੇ ਤਿੰਨੇ ਕਾਨੂੰਨ ਨੇ ਪਹਿਲੇ ਦੋ ਕਾਨੂੰਨ ਕਿਸਾਨਾਂ ਖੇਤ ਮਿਹਨਤਦਾਰਾਂ ਦਾ ਜਾੜਾ ਤੀਜਾ ਕਾਨੂੰਨ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1950 ਹੈ ਵਾਲਾ ਉਹ ਆਮ ਖਪਤਕਾਰਾਂ ਦਾ ਜਿਹੜਾ ਹੈਗਾ ਉਜਾੜਾ ਤਾਂ ਨਹੀਂ ਉਹਨਾਂ ਨੂੰ ਮਤਲਬ ਹੋਰ ਛੋਟੇ ਕਰਨਾ ਉਹਨਾਂ ਨੂੰ ਹੋਰ ਦਰਕਾਰਨ ਵੱਲ ਲੈ ਕੇ ਜਾਊਗਾ ਕਿ ਉਹ ਜਿੰਨਾ ਕੁਝ ਹੁਣ ਇਹ ਖਵਤ ਕਰਦੇ ਨੇ ਉਦੋਂ ਵੀ ਥੱਲੇ ਚਲ ਜਾਣਗੇ ਇਸ ਲਈ ਇਹਨਾਂ ਕਾਨੂੰਨਾਂ ਤੋਂ ਖੜਾ ਛਡਾਉਣ ਲਈ ਇਕੱਲੇ ਕਰਜ਼ਾ ਮੁਆਫੀ ਦੀ ਗੱਲ ਨਹੀਂ ਹੈਗੀ ਇਹ ਤਾਂ ਜਿੰਨੇ ਤਿੰਨੇ ਵਰਗ ਨੇ ਜਿਨ੍ਹਾਂ ਨੇ ਸਾਨੂੰ ਰੋਟੀ ਦੇਣੀ ਹੈ ਜਿਹੜੀ ਜ਼ਿੰਦਗੀ ਸਭ ਤੋਂ ਮੁਢਲੀ ਲੋੜ ਹੈ ਇਹ ਉਹਨਾਂ ਨੂੰ ਸੌਖੇ ਰੱਖਣ ਲਈ ਸਾਨੂੰ ਆਰਥਿਕ ਵਿਕਾਸ ਮਾਡਲ ਅਤੇ ਖੇਤੀਬਾੜੀ ਨੀਤੀਆਂ ਬਦਲਣੀਆਂ ਪੈਣਗੀਆਂ ਜਿੱਚ ਕੇਂਦਰ ਸਰਕਾਰ ਦੇ ਪ੍ਰਮੁੱਖ ਭੂਮਿਕਾ ਹੋਊਗੀ ਤੇ ਸੂਬਾ ਸਰਕਾਰ ਨੂੰ ਵੀ ਹੋਰ ਯਤਨ ਕਰਨੇ ਪੈਣਗੇ ਇਹ ਬੜੀ ਦਿਲਚਸਪ ਗੱਲ ਹੈ ਕਿਉਂਕਿ ਵਾਰ-ਵਾਰ ਕਰਦਾ ਮੈਂ ਜਦੋਂ ਵੀ ਵੱਖ-ਵੱਖ ਸਰਕਲ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਤਿੰਨ ਕਾਨੂੰਨ ਜਿਵੇਂ ਵਾਪਸ ਆ ਗਏ ਵਾਕਿਆਸੀਂ ਪਿੱਛੇ ਉਸੇ 5 ਜੂਨ ਤੇ ਆ ਕੇ ਖੜੇ ਹੋ ਗਏ ਆ ਉਥੇ ਇਹ ਹੈ ਕਿ ਸਾਡੇ ਕੋਲ ਉਸ ਤਰ੍ਹਾਂ ਦੀ ਖੇਤੀ ਨਹੀਂ ਹੈ ਜਿਸ ਦੇ ਵਿੱਚ ਆਬੋ ਹਵਾ ਦਾ ਵੀ ਮਸਲਾ ਹੈ ਉਸ ਦੇ ਵਿੱਚ ਕਰਜ਼ੇ ਦਾ ਵੀ ਮਸਲਾ ਹੈ ਉਸ ਦੇ ਅੰਦਰ ਉਸ ਕੰਸਟਰਕਟਿਵ ਡਿਜ਼ਾਈਨ ਦਾ ਵੀ ਮਸਲਾ ਹੈ ਜਿਸ ਦੇ ਵਿੱਚ ਇੱਕ ਕਿਸਾਨ ਦਾ ਪਰਿਵਾਰ ਖੁਸ਼ਹਾਲ ਹੋਵੇ ਜਿਸ ਦੇ ਵਿੱਚ ਕਿਸਾਨ ਦਾ ਪਰਿਵਾਰ ਦਾ ਪੁੱਤ ਵੀ ਅੱਗੋਂ ਕਿਸਾਨ ਬਣੇ ਜੋ ਕਿ ਨਹੀਂ ਬਣ ਰਿਹਾ ਪਿੰਡੂਬਾਦੀ ਸ਼ਹਿਰਾਂ ਨੂੰ ਵੱਧ ਰਹੀ ਹੈ ਇਹ ਸਾਰੇ ਮਸਲੇ ਦੇ ਅੰਦਰ ਲਗਾਤਾਰ ਕਰਜ਼ਾ ਵੀ ਹੈਗਾ ਆ ਲਗਾਤਾਰ ਇੱਕ ਚੰਗੀ ਹੈਲਥ ਦਾ ਮਸਲਾ ਵੀ ਹੈਗਾ ਐਜੂਕੇਸ਼ਨ ਦਾ ਮਸਲਾ ਵੀ ਹੈਗਾ ਪੰਜਾਬ ਦੇ ਸਕੂਲ ਕਾਲਜਾਂ ਦਾ ਜਦੋਂ ਅਸੀਂ ਡਾਟਾ ਚੁੱਕ ਕੇ ਦੇਖਦੇ ਆਂ ਤੇ ਇਹ ਹੈ ਕਿ ਮੈਜੋਰਿਟੇਰੀਅਨ ਬਹੁਤ ਸਾਰੇ ਹਰ ਬੰਦੇ ਦੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਪਲੱਸ 2 ਤੋਂ ਬਾਅਦ ਹਾਈ ਲੈਟਸ ਕਰਕੇ ਬਾਹਰ ਚਲੇ ਜੇ ਪੰਜਾਬ ਨੂੰ ਤਾਂ ਪੂਰੇ ਦੇਸ਼ ਦੇ ਅੰਦਰ ਖੁਸ਼ਹਾਲ ਮੰਨਿਆ ਜਾਂਦਾ ਸੀ ਪੰਜਾਬ ਦੇ ਅੰਦਰ ਜੇ ਸਿਚੁਏਸ਼ਨ ਇਹ ਹੈ ਇਹ ਹਾਲਾ ਹਾਲਤ ਹੈ ਤੇ ਬਾਕੀ ਥਾਵਾਂ ਤੇ ਹਾਲਤ ਵੀ ਹੈਗੀ ਆ ਤੁਸੀਂ ਜਿਹੜੀ ਇੱਕ ਇਕਨੋਮਿਕਲੀ ਮਾਡਲ ਦੀ ਗੱਲ ਕਰ ਰਹੇ ਹੋ ਉਹ ਮਾਡਲ ਫਿਰ ਕਿਸ ਤਰ੍ਹਾਂ ਦਾ ਹੋਏਗਾ ਕਿਉਂਕਿ ਇਸ ਦੇ ਵਿੱਚ ਨਾਣੂ ਨਾ ਕਾਰਪੋਰੇਟ ਨੂੰ ਲੈ ਕੇ ਵੀ ਚੱਲਣਾ ਹੈ ਇੰਟਰਨੈਸ਼ਨਲ ਪਾਲਿਸੀ ਦਾ ਵੀ ਦਬਾਅ ਆ ਤੇ ਨਾਲ ਨਾਲ ਸਾਡੀ ਇਹ ਸਿਚੁਏਸ਼ਨ ਹੈ ਜਿਸ ਦਾ ਮੈਂ ਸਾਰਾ ਬਿਆਨ ਕਰ ਰਿਹਾ ਇਹ ਦੇਖੋ ਗੱਲ ਇਹ ਹੈਗੀ ਕਿ ਜੇ ਆਪਾਂ ਵੱਡੇ ਸੰਦਰਭ ਵਿੱਚ ਦੇਖੀਏ ਜੀ ਜਿੰਨਾ ਵੀ ਅਰਥਵਿਵਸਥਾ ਹੈਗੀ ਸਾਡੀ ਉਹਦੇ ਵਿੱਚ ਜਿਹੜੀ ਤੁਸੀਂ ਅੰਤਰਰਾਸ਼ਟਰੀ ਦਵਾ ਦੀ ਗੱਲ ਕਰਦੇ ਹੋ ਬਲਟਿਡ ਆਰਗੇਨਾਈਜੇਸ਼ਨ ਹੈਗਾ ਆਈ ਐਮ ਐਫ ਹੈਗਾ ਵਰਲਡ ਬੈਂਕ ਹੈਗਾ ਇਹ ਉਹ ਦਵਾ ਹੈਗੇ ਪਰ ਉਹ ਦਵਾ ਹੁਣ ਤੇ ਜਿਹੜਾ ਗਲੋਬਲਾਈਜੇਸ਼ਨ ਦਾ ਕਨਸੈਪਟ ਹੈ ਹਾਈਲਾਈਟ ਵਾਲੇ ਕੰਟਰੀ ਜਿਹੜੇ ਹੈਗੇ ਉਹਨਾਂ ਨੇ ਵੀ ਮਾਈ ਕੰਟਰੀ ਫਰਸਟ ਜੀ ਆਲਾ ਕਨਸੈਪਟ ਲਿਆਂਦਾ ਤੇ ਉੱਥੇ ਵੀ ਇਹ ਖਾਸ ਕਰਕੇ ਜੇ ਮੈਂ ਅਮਰੀਕਾ ਦੀ ਗੱਲ ਦੱਸਾਂ ਡੈਮੋਕ੍ਰੈਟਿਕ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਡੈਮੋਕ੍ਰੈਟਿਕ ਸੈਂਟਰ ਬਰਨੀ ਸੈਂਡਰਸ ਤੇ ਐਲੀਜਾਬੈਥ ਵਾਰਨਨ ਤਾਂ ਇਹ ਕਹਿ ਰਹੇ ਹੈ ਕਿ ਐਜੂਕੇਸ਼ਨ ਤੇ ਹੈਲਥ케ਅਰ ਪਬਲਿਕ ਸੈਕਟਰ ਚ ਹੋਣੀ ਚਾਹੀਦੀ ਹੈਗੀ ਜੀ ਹੈਨਾ ਜੇ ਉਹ ਗੱਲ ਹੈ ਕਿ ਉਹ ਜੇ ਕੰਟਰੀ ਚ ਵੀ ਪাবਲਿਕ ਸੈਕਟਰ ਦੀ ਗੱਲ ਹੋ ਰਹੀ ਹੈ ਜਿਹੜਾ ਆਰਥਿਕ ਵਿਕਾਸ ਮਾਡਲ ਹੈ ਉਹ ਕਿਸ ਤਰ੍ਹਾਂ ਦਾ ਹੋਵੇ ਅਸੀਂ ਕੱਲਾ ਆਰਥਿਕ ਵਾਧੇ ਉੱਪਰ ਨਾ ਆਪਣੀ ਨਿਗਾਹ ਟਿਕਾਈਏ ਅਸੀਂ ਇਸ ਤਰ੍ਹਾਂ ਦਾ ਆਰਥਿਕ ਵਿਕਾਸ ਕਰੀਏ ਜਿਹਦੇ ਨਾਲ ਜਿਹੜੇ ਆਮ ਲੋਕ ਨੇ ਉਹ ਸੁਖੀ ਹੋਣ ਹੂੰ ਉਹਨਾਂ ਦਾ ਰੁਜ਼ਗਾਰ ਹੋਵੇ ਇਹ ਉਹਦੀ ਰੋਟੀ ਹੋਵੇ ਤੇ ਨਾਲ ਨਾਲ ਅਸੀਂ ਇਸ ਤਰ੍ਹਾਂ ਦਾ ਆਰਥਿਕ ਵਿਕਾਸ ਮਾਡਲ ਅਪਣਾਈਏ ਜਿਹੜਾ ਕੁਦਰਤ ਦੇ ਪੱਖ ਵਿੱਚ ਵੀ ਹੋਵੇ ਅਸੀਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜੇ ਮੈਂ ਆਧਾਰਨ ਲਵਾਂ ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 1973 ਤੋਂ ਇਹ ਧਾਨ ਦੀ ਫਸਲ ਪੰਜਾਬ ਦੇ ਕਿਸਾਨਾਂ ਨੇ ਸਿਰ ਮੜਤੀ ਐਮਐਸਪੀ ਦੇ ਥਰੂ ਜਾਂ ਅਸ਼ੋਰਡ ਪ੍ਰੋਕਿਊਰਮੈਂਟ ਦੇ ਥਰੂ ਜਿਨ੍ਹਾਂ ਨੇ ਸਾਡੇ ਧਰਤੀ ਦੇ ਲਈ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਥੱਲੇ ਲੱਗਿਆ ਪਾਣੀ ਦੀ ਜਿਹੜੀ ਹੈਗੀ ਕੁਆਲਿਟੀ ਉਹ ਪੀਣ ਯੋਗ ਨਹੀਂ ਛੱਡੀ ਤੇ ਹੁਣ ਹਵਾ ਸਾਡੀ ਜਿਹੜੀ ਹੈਗੀ ਕਾਰਬਨ ਡਾਈਆਕਸਾਈਡ ਮethane ਗੈਸ ਹੋਰ ਇਸ ਤਰ੍ਹਾਂ ਦੇ ਜਿਹੜੇ ਪ੍ਰਦੂਸ਼ਣ ਵਾਲੇ ਐਲੀਮੈਂਟ ਹੈ ਉਹਨਾਂ ਨਾਲ ਭਰੀ ਜਿਹਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਤੱਕ ਅਲੰਬੇ ਮਿਲਦੇ ਨੇ ਕਿ ਸਾਡੀਆਂ ਅੱਖਾਂ ਜਿਹੜਾ ਧੂਆ ਉਂਦਾ ਪੰਜਾਬ ਤੋਂ ਆਉਂਦਾ ਹਾਲਾਂਕਿ ਸੁਪਰੀਮ ਕੋਰਟ ਚ ਕਲੀਅਰ ਹੋ ਚੁੱਕਾ ਹੈ ਕਿ ਉੱਥੋਂ ਨਹੀਂ ਪਰ ਫੇਰ ਵੀ ਜਿਹੜੀ ਸਾਡੀ ਉਹ ਫਸਲ ਸਾਡੇ ਉਹਨਾਂ ਸਾਡੀ ਪਾਣੀ ਦਾ ਸਤਿਆਨਾਸ਼ ਕੀਤਾ ਧਰਤੀ ਦੇਲੇ ਦਾ ਇਹ ਪਹਿਲਾਂ ਖੂਹ ਨਹਿਰਾਂ ਦਾ ਪਾਣੀ ਸੀ ਫਿਰ ਮੋਨੋਬਲਾਕ ਮੋਟਰਾਂ ਆਈਆਂ ਫਿਰ ਸਮਰਸੀ ਵਾਲ ਮੋਟਰਾਂ ਆ ਗਈਆਂ ਕਰਜ਼ੇ ਦਾ ਕਾਰਨ ਵੀ ਬਣਿਆ ਇਸ ਲਈ ਜਿਹੜਾ ਆਰਥਿਕ ਵਿਕਾਸ ਮਾਡਲ ਹੈ ਉਹ ਪ੍ਰੋ ਪੀਪਲ ਹੋਵੇ ਜਿਹੜੇ ਉੱਪਰਲੇ 1% ਤੇ ਬਾਕੀ ਦੇ 99% ਖਾਸ ਕਰਕੇ ਥੱਲੇ ਵਾਲੇ ਜਿਹੜੇ 80% ਹੈਗੇ ਇਹ ਉਹਨਾਂ ਲਈ ਜਿਹੜਾ ਹੈਗਾ ਇਹ ਜ਼ਿੰਦਗੀ ਦੇ ਮੁੱਲ 75 ਮੈਂ ਪਹਿਲਾਂ بیان ਕੀਤਾ ਹੈ ਉਹਨਾਂ ਪੂਰੇ ਕਰਨ ਤੇ ਔਖ ਨਾਵੇ ਉਹਦੇ ਲਈ ਜਿਹੜੀ ਸਾਡੀ ਆਰਥਿਕ ਵਿਕਾਸ ਹੋਊਗਾ ਜਿਹੜੇ ਉਹਦੇ ਫਾਇਦੇ ਨੇ ਉਹਨਾਂ ਦੀ ਵੰਡ ਦਾ ਰੌਲਾ ਹੈ ਜਿਹੜੀ ਅਸੀਂ ਕਹਿੰਦੇ ਆ ਟ੍ਰਿਕਲ ਡਾਉਨ ਥਿਊਰੀ ਕਿ ਆਪਣੇ ਆਪ ਉੱਪਰੋਂ ਚੱਲ ਕੇ ਥੱਲੇ ਨੂੰ ਆ ਜਾਊਗਾ ਨਹੀਂ ਪਿਛਲੀ ਸਾਡੀ ਹਿਸਟਰੀ ਦੱਸਦੀ ਹੈ ਘਟੋ ਘਟ ਸਾੜ ਦੇ ਦੀ ਕਿ ਆਰਥਿਕ ਵਾਧੇ ਦੇ ਜਿਹੜੇ ਫਾਇਦੇ ਹੋਏ ਨੇ ਉੱਪਰ ਲਿਆਂ ਕੋ ਜ਼ਿਆਦਾ ਇਕੱਠੇ ਹੋ ਗਏ 1% ਜਿਹੜਾ ਹੈਗਾ ਹੂੰ ਤੇ ਜਿਹੜੇ ਬਾਕੀ ਦੇ 99% ਖਾਸ ਕਰਕੇ ਥੱਲੇ ਵਾਲੇ 80% ਹੈ ਉਹਦਾ ਦੋ ਡੰਗ ਦੀ ਰੋਟੀ ਲਈ ਵੀ ਔਖੇ ਹੋ ਰਹੇ ਨੇ ਜਦੋਂ ਜਦ ਕਰਿਆ ਇਸ ਲਈ ਸਾਨੂੰ ਲੋਕ ਪੱਖੀ ਦੇ ਕੁਦਰਤ ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਣਾ ਪਊਗਾ ਉਹਦੇ ਨਾਲ ਅਸੀਂ ਸੁਖੀ ਰਹਿ ਸਕਾਂਗੇ ਆਰਥਿਕ ਬੜੇ ਘਟਣਗੇ ਉਹਦੇ ਨਾਲ ਸਮਾਜਿਕ ਸੱਭਿਆਚਾਰਕ ਰਾਸੀ ਅਤੇ ਹੋਰ ਬਹੁਤ ਤਰ੍ਹਾਂ ਦੇ ਪ੍ਰਦੂਸ਼ਣ ਆ ਉਹ ਘਟਣਗੇ ਪਰ ਜਦੋਂ ਆਪਾਂ ਆਫਟਰ ਆਜ਼ਾਦੀ ਤੋਂ ਬਾਅਦ ਹਿਸਟਰੀ ਦੇਖਦੇ ਆ ਤੇ ਲਗਾਤਾਰ ਨੈਰੂ ਵਿਜ਼ਨ ਵੀ ਫੇਲ ਹੋਇਆ ਲਗਾਤਾਰ ਬੇਰੋਜ਼ਗਾਰੀ ਵਧੀ ਬੇਰੋਜ਼ਗਾਰੀ ਨੇ ਐਂਗਰੀ ਯੰਗ ਮੈਨ ਸਨ ਸਿਨੇਮਾ ਨੂੰ ਦੇ ਦਿੱਤਾ ਲੋਕਾਂ ਨੂੰ ਇੱਕ ਰੀਲਿਫ ਮਿਲਣ ਲੱਗ ਗਿਆ ਕਿ ਇੱਕ ਨਾਇਕ ਆਏਗਾ ਜਿਹੜਾ ਸਾਰੇ ਮਸਲਿਆਂ ਦਾ ਹੱਲ ਕਰ ਦੇਗਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫਿਰ ਹੌਲੀ-ਹੌਲੀ ਅਸੀਂ ਪਹੁੰਚਦੇ-ਪਹੁੰਚਦੇ ਉਸ ਉਦਾਰੀਕਰਨ ਤੱਕ ਪਹੁੰਚੇ ਹਾਂ ਜਿੱਥੇ ਸਾਨੂੰ ਲੱਗਿਆ ਸੀ ਕਿ ਹਾਂ ਹੁਣ ਕੁਝ ਬਿਹਤਰ ਹੋ ਜਾਏਗਾ ਪਰ ਉਹ ਬਿਹਤਰ ਦੇ ਵਿੱਚ ਸਾਨੂੰ ਦੇਸ਼ ਦਾ ਪਹਿਲਾ ਸਭ ਤੋਂ ਵੱਡਾ ਸਕੈਮ ਮਿਲ ਗਿਆ ਉਸ ਕੈਮ ਉਹ ਹੁਣ ਸਕੈਮ ਸਭ ਤੋਂ ਨਿੱਕਾ ਲੱਗਦਾ ਲਗਾਤਾਰ ਸਪੈਕਟਰਮ ਤੱਕ ਵੱਧ ਗਿਆ ਸਪੈਕਟਰਮ ਤੋਂ ਅੱਗੇ ਕੋਲਗੇਟ ਵੱਧ ਗਿਆ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀਆਂ ਦਿੱਲੀ ਦੇ ਸਿਆਸੀ ਗਲਿਆਰਿਆਂ ਦੇ ਅੰਦਰ ਪਾਲਿਸਿਜ਼ ਤੈਅ ਹੁੰਦੀਆਂ ਨੇ ਉਹ ਪਾਲਿਸਿਜ਼ ਸਾਡੇ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਨੰਬਰ 1 ਦੂਸਰਾ ਮਹਾਤਮਾ ਗਾਂਧੀ ਨੇ ਜਿਹੜਾ ਸਭ ਤੋਂ ਵੱਧ ਜ਼ੋਰ ਦਿੱਤਾ ਸੀ ਉਹ ਦਿੱਤਾ ਸੀ ਕਿ ਇਸ ਦੇਸ਼ ਦੀ ਇਕਨੋਮੀ ਉਦੋਂ ਸੁਧਰੇਗੀ ਜਦੋਂ ਇਥੋਂ ਦੀ ਐਗਰੀਰੀਅਨ ਇਕਨੋਮੀ ਦੇ ਵੱਲ ਧਿਆਨ ਦੇਵਾਂਗੇ ਅਤੇ ਅਗਰੀਕਲਚਰ ਇਕਨੋਮੀ ਲਈ ਪੰਚਾਇਤੀ ਰਾਜ ਹੋਣਾ ਚਾਹੀਦਾ ਹੈ ਪੰਚਾਇਤੀ ਰਾਜ ਦਾ ਉਸ ਤਰ੍ਹਾਂ ਦੀ ਸਾਂਝ ਸਾਡੇ ਸਮਾਜਿਕ ਤੇ ਖੇਤੀਬਾੜੀ ਵਾਲੇ ਸਬੰਧਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਵਿੱਚ ਲੂਪ ਹੋਲ ਕੀ ਹੈ ਕਿਉਂਕਿ ਜਦੋਂ ਆਪਾਂ ਹਿਸਟਰੀ ਪੜਦੇ ਹਾਂ ਤਾਂ ਲਗਾਤਾਰ ਸਾਡੇ ਕੋਲ ਫੇਲਿਅਰ ਹੈ ਤੇ ਮੈਨੂੰ ਲੱਗਦਾ ਕਿ ਕੋਈ ਵੀ ਇੱਕ ਸਿੱਧੀ ਸਪਸ਼ਟ ਇਕਨੋਮਿਕ ਪਾਲਿਸੀ ਸਾਡੇ ਤੱਕ ਨਹੀਂ ਪਹੁੰਚੀ ਕਾਲਾ ਸਾਹਿਬ ਜਿਹੜਾ ਤੁਹਾਡਾ ਸਵਾਲ ਹੈ ਉਹਦੀ ਸਟੇਟਮੈਂਟ ਦੇ ਪਹਿਲੇ ਭਾਗ ਨਾਲ ਮੇਰੀ ਸਹਿਮਤੀ ਹੈ ਓਕੇ ਕਿ ਦੇਸ਼ ਯਾਦ ਹੋਇਆ ਇਹ ਜੋਹਰ ਲਾਲ 네ਹਰੂ ਪ੍ਰਾਈਮ ਮਿਨਿਸਟਰ ਬਣਿਆ ਤੇ ਜਿਹੜਾ ਕੁਝ ਉਹਦੇ ਪਰਫਾਰਮੈਂਸ ਬਾਰੇ ਤੁਸੀਂ ਕਮੈਂਟ ਦਿੱਤੇ ਆ ਮੈਂ ਇੰਡੀਵਿਜੂਅਲ ਦੀ ਪਰਫਾਰਮੈਂਸ ਬਾਰੇ ਕਮੈਂਟ ਨਹੀਂ ਦਿੰਦਾ 1950 ਸਾਡਾ ਯੋਜਨਾ ਕਮਿਸ਼ਨ ਬਣਦਾ ਹੈ 1951 ਚ ਅਸੀਂ ਯੋਜਨਾਬੰਦੀ ਸ਼ੁਰੂ ਕਰਦੇ ਆ ਜਿਹੜਾ ਯੋਜਨਾਬੰਦੀ ਹੈ ਪੀਰੀਅਡ ਹੈ ਅਸਲੀ 1951 ਤੋਂ 80 ਤੱਕ ਮੰਨਿਆ ਜਾਂਦਾ ਹੈ ਇਹ ਮੈਂ ਨਹੀਂ ਕਹਿੰਦਾ ਇਹ ਸਰਕਾਰ ਦੇ ਆਪਣੇ ਅੰਕੜੇ ਤੇ ਵੱਖ-ਵੱਖ ਐਮਪੀਰੀਕਲ ਸਟੱਡੀਜ਼ ਨੇ ਲਿਆਂਦਾ ਹੈ 1951 ਤੋਂ 80 ਤੱਕ ਦੇ ਚ ਆਰਥਿਕ ਅਸਮਾਨਤਾ માં ਘਟੀਆਂ ਰੋਜ਼ਗਾਰ ਵਧਿਆ ਓਕੇ ਜੇ ਰੋਜ਼ਗਾਰ ਵਧਿਆ ਆਰਥਿਕ ਅਸਮਾਨਤਾ માં ਘਟੀਆਂ ਸਾਨੂੰ ਉਹ ਯੋਜਨਾਬੰਦੀ ਦੇ ਪੀਰੀਅਡ ਨੂੰ ਚਿੱਤੇ ਰੱਖਣਾ ਚਾਹੀਦਾ ਹੈ ਉਸ ਯੋਜਨਾਬੰਦੀ ਦੇ ਪੀਰੀਅਡ ਚ ਅਸੀਂ ਆਪ ਦਾ ਉਜੋਗ ਅੱਗੇ ਲੈ ਗਏ ਬਖਵਾਕ ਸੈਕਟਰ ਨੂੰ ਪ੍ਰਾਇੋਰਟੀ ਦੇ ਕੇ ਅੱਗੇ ਲੈ ਗਏ ਇਸ ਲਈ ਉੱਥੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਲਗਾਤਾਰਤਾ ਜਿਹਾ ਨਹੀਂ 1980 ਤੋਂ ਅਸੀਂ ਯੋਜਨਾਬੰਦੀ ਨੂੰ ਪੁੱਠੇ ਗੇਅਰ 'ਚ ਪਾਇਆ ਜੀ ਤੇ 1991 ਚ ਆ ਕੇ ਇਹ ਨਰਸਿਮਹਾ ਰੌਲ ਆ ਤੇ ਡਾਕਟਰ ਮਰਮੁਣ ਸਿੰਘ ਆਲਾ ਨਿਊ ਇਕਨੋਮਿਕ ਪਾਲਿਸੀਜ਼ ग्लोबलाइजेशन प्राइवेटाइजेशन वाले जेडे असे लेंदे हा ना एलपीजी ले लेबरलाइजेशन ग्लोबलाइजेशन ले प्राइवेटाइजेशन वाले लेंदे हा उशो बाद ओदा लगातार चलणा ते ओना दा, दा इंटेंसिटी दा लगातार बढना ए आज ਸਾਡੀਆਂ ਬਹੁਤਿਆ ਆਰਥਿਕ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ ਕਿਉਂਕਿ ਜਿਹੜੀਆਂ ਉਹ ਆਰਥਿਕ ਨੀਤੀਆਂ ਅਪਣਾਏ ਗਿਆ ਸਕੈਮਸ ਨੂੰ ਇੱਕ ਪਾਸੇ ਵੀ ਛੱਡੇ ਸਕੈਮਸ ਹੈਗੇ ਉਹਦਾ ਅਬ ਦੀ ਥਾਂ ਜਿਨ੍ਹਾਂ ਨੇ ਮਤਲਬ ਲੋਕਾਂ ਨੂੰ ਤੰਗ ਕੀਤਾ ਸਕੈਮ ਤੋਂ ਬਿਨਾ ਉਹ ਨੀਤੀਆਂ ਹੀ ਕਾਰਪੋਰੇਸ਼ਨਾਂ ਜਾਂ ਸਰਮਾਇਦਾਰ ਵਰਡ ਲਈ ਬਣੀਆਂ ਨੇ ਜੀ ਜਦੋਂ ਨਾਲੇ ਬਣੀਆਂ ਨੇ ਤਾਂ 1991 ਤੋਂ ਜਿਹੜੀਆਂ ਸਾਡੀਆਂ ਆਰਥਿਕ ਅਸਮਾਨਤਾਵਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਪਰ ਇਹਦੇ ਵੱਡੀ ਮਾਰ ਸਾਡੇ ਕਿਰਤੀ ਵਰਗ ਤੇ ਪਈ ਹੈ ਇੱਕ ਤਾਂ ਜਿਹੜਾ ਸਾਡਾ ਇਨਫਾਰਮਲ ਅਨਾਰਗੇਨਾਈਜ਼ ਸੈਕਟਰ ਚ ਕਿਰਤੀ ਵਰਗ ਹੈ ਉਹਨਾਂ ਦਾ ਮਤਲਬ ਬਹੁਤ ਘਾਣ ਹੋਇਆ ਤੇ ਦੂਜਾ ਜੇ ਅਸੀਂ ਇਕੱਲੇ ਖੇਤੀਬਾੜੀ ਖੇਤਰ ਦੀ ਗੱਲ ਕਰੀਏ ਖੇਤੀਬਾੜੀ ਖੇਤਰ ਚ ਲਗਾਤਾਰ ਉਨ੍ਹਾਂ ਦੀ ਆਮਦਨ ਘਟਦੀ ਰਹੀ ਤੇ ਪਾਰਲੀਮੈਂਟ ਚ ਕਿੰਨੇ ਵਾਰ ਹੀ ਮੰਨਿਆ ਗਿਆ ਕਿ ਖੇਤੀਬਾੜੀ ਜਿਹੜੀ ਹੈਗੀ ਘਾਟੇ ਵਾਲਾ ਧੰਦਾ ਹੈਗਾ ਇਸ ਲਈ ਜਿਹੜਾ ਹੁਣ ਸਿਨੈਰੀਓ ਹੈਗਾ ਇਹ ਐਲਪੀਜੀ ਮਾਡਲ ਵਾਲਾ ਉਹਦੇ ਵਿੱਚ ਜਿਹੜੀ سرمਈਦਾਰ ਜਾਂ ਕਾਰਪੋਰੇਟ ਵਰਲਡ ਹੈਗਾ ਉਹਦੇ ਹੱਕੇ ਜ਼ਿਆਦਾ ਜਾ ਰਿਹਾ ਜਿਹੜੀ ਵਰਕਿੰਗ ਕਲਾਸ ਹੈ ਉਦੋਂ ਰੋਜ਼ਗਾਰ ਵੀ ਖੋਇਆ ਜਾ ਰਿਹਾ ਉਦੋਂ ਆਮਦਨ ਵੀ ਖੋਈ ਜਾ ਰਹੀ ਹੈ ਇਸ ਲਈ ਉਹਦੀ ਰੋਟੀ ਵੀ ਲਗਾਤਾਰ ਖੋਈ ਜਾ ਰਹੀ ਹੈ ਪਰ ਜਦੋਂ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤੀ ਦਿਖਾਉਂਦੇ ਹੋ ਤਾਂ ਇਹ ਵੀ ਤਾਂ ਸਪਸ਼ਟ ਹੈ ਕਿ ਉਸ ਵਕਤ ਅਨ ਇਮਪਲॉयਮੈਂਟ ਤਾਂ ਬਹੁਤ ਜ਼ਿਆਦਾ ਵਧਦੀ ਰਹੀ ਆ ਕਿਤੇ ਨਾ ਕਿਤੇ ਪਬਲਿਕ ਸੈਕਟਰ ਪਬਲਿਕ ਸੈਕਟਰ ਦਾ ਗੜਬੜ ਹੋਣ ਦਾ ਕਾਰਨ ਹੀ ਸੀ ਕਿ ਸਾਡੇ ਕੋਲ ਉਦਾਰੀ ਕਰਨ ਆ ਰਿਹਾ ਸੀ ਪਰ ਉਦਾਰੀ ਕਰਨ ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਅਸੀਂ ਉਸ ਤਰ੍ਹਾਂ ਦੇ ਮਾਡਲ 'ਚ ਸਫਲ ਨਹੀਂ ਹੋਏ ਤੇ ਅੱਜ ਇੰਨੇ ਸਾਲਾਂ ਬਾਅਦ ਆ ਕੇ ਅਸੀਂ ਕਹਿੰਦੇ ਹਾਂ ਕਿ ਉਹ ਇੱਕ ਫੇਲਿਅਰ ਮਾਡਲ ਹੈ ਜਿਸ ਤਰ੍ਹਾਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਹੁੰਦੀ ਆ ਗ੍ਰੀਨ ਰੈਵੋਲੂਸ਼ਨ ਬਾਰੇ ਵੀ ਬਹੁਤ ਸਾਰੇ ਮਾਹਰ ਇਸ ਸਟੇਟਮੈਂਟ ਦਿੰਦੇ ਆ ਕਿ ਗ੍ਰੀਨ ਰੈਵੋਲੂਸ਼ਨ ਇਜ਼ ਨਾਟ ਅ ਗ੍ਰੀਨ ਰੈਵੋਲੂਸ਼ਨ ਇਟਸ ਅ ਗਰੀਡੀ ਰੈਵੋਲੂਸ਼ਨ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਮੈਨੂੰ ਸਟੇਟਮੈਂਟ ਦੇ ਦਿੱਤੀ ਕਿ ਮੈਂ ਕਹਿ ਰਿਹਾ ਨਹੀਂ ਮੈਂ ਨਹੀਂ ਕਹਿੰਦਾ ਕਿ ਇਹ ਫੇਲ ਹੋ ਸੀ ਅਸੀਂ ਤਾਂ ਮੈਂ ਤਾਂ ਇਹ ਕਹਿੰਨਾ ਕਿ 1952 ਤੋਂ 1980 ਤੱਕ ਅਸੀਂ ਬਹੁਤ ਕੁਝ ਪੋਜ਼ਿਟਿਵ ਕੀਤਾ ਜੇ ਕੁਝ ਊਣ ਤਾਂੀਆਂ ਰਹਿ ਗਈਆਂ ਪਬਲਿਕ ਸੈਕਟਰ ਦੇਆਂ ਪਲੈਨਿੰਗ ਦੀਆਂ ਹੈਗੀਆਂ ਇਹ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਸੀ ਜੇ ਕਿਸੇ ਬੰਦੇ ਦਾ ਸਿਰਦ ਹੁੰਦਾ ਤਾਂ ਉਹਦਾ ਇਲਾਜ ਸਿਰ ਕੱਟਣਾ ਤਾਂ ਨਹੀਂ ਹੁੰਦਾ ਹੈਗਾ ਜੀ ਉਹਦਾ ਇਲਾਜ ਤਾਂ ਇਹ ਆਰਾਮ ਕਰਨਾ ਹੋ ਸਕਦਾ ਉਹਦਾ ਇਲਾਜ ਕੋਈ ਛੋਟੀ ਮੋਟੀ ਸਿਰਦਰਦ ਦੀ ਗੋਲੀ ਲੈਣਾ ਹੋ ਸਕਦਾ ਜਾਂ ਡਾਕਟਰ ਕੋਲ ਜਾਣਾ ਹੋ ਸਕਦਾ ਹੈਗਾ ਜੇ ਸਾਡੀਆਂ ਪਲੈਨਿੰਗ ਦੇ ਵਿੱਚ ਕਿਸੇ ਮੌਕੇ ਉਣਤਾਈਆਂ ਰਹਿ ਗਈਆਂ ਸੀ ਉਹਨੂੰ ਮਤਲਬ ਆਪਾਂ ਠੀਕ ਕਰਨਾ ਬਣਦਾ ਸੀ ਤੇ ਉਹਨੂੰ ਇੱਕ ਪਾਸੇ ਕਰਕੇ ਜਿਹੜਾ ਕੁਝ ਹੁਣ ਅਸੀਂ ਕੀਤਾ ਜੇ ਦੋਨਾਂ ਪੀਰੀਅਡ ਦਾ ਕੰਪੈਰੀਸਨ ਕਰੀਏ ਯੋਜਨਾਬੰਦੀ ਪੀਰੀਅਡ ਵਾਲਾ ਤੇ ਉਸ ਤੋਂ ਬਾਅਦ ਵਾਲਾ ਹੁਣ ਤਾਂ ਅਸੀਂ ਬਹੁਤ ਖਤਰਨਾਕ ਏ ਸਿਚੁਏਸ਼ਨ ਵੱਲ ਜਾ ਰਹੇ ਹੈਗੇ ਜੇ ਇਸ ਤਰ੍ਹਾਂ ਹੀ ਜਾਂਦੇ ਰਹੇ ਤਾਂ ਜਿੰਨੇ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੇ ਹਨ ਜਿੰਨੇ ਲੋਕਾਂ ਦੀ ਰੋਟੀ ਖੋ ਰਿਹਾ ਹੈ ਜਾਂ ਜਿੰਨੇ ਲੋਕਾਂ ਦੀ ਰੋਟੀ ਨੂੰ ਛੋਟਾ ਕਰ ਰਹੇ ਹਨ ਤੇ ਇਹਦੇ ਚੋਂ ਨਿਕਲੇ ਹੋਏ ਵਿਗਾੜ ਆਰਥਿਕ ਸਮਾਜਿਕ ਸੱਭਿਆਚਾਰਕ ਰਾਸੀ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਵਿਗਾੜ ਉਹ ਸਾਨੂੰ ਕਿੱਥੇ ਲੈ ਜਾਣਗੇ ਉਹਨਾਂ ਬਾਰੇ ਸਰਟਨਲੀ ਕੁਝ ਨਹੀਂ ਕਿਹਾ ਜਾ ਸਕਦਾ ਇਹੀ ਕਿਹਾ ਜਾ ਸਕਦਾ ਹੈ ਕਿ ਦੇਸ਼ ਲੋਕਾਂ ਦਾ ਹੈਗਾ ਦੇਸ਼ ਨੂੰ ਬਚਾਉਣ ਲਈ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ ਜੇ ਲੋਕਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਜਿਹੜੀਆਂ ਇਹ ਐਲਪੀਜੀ ਮਾਡਲ ਵਾਲੀਆਂ ਇਹ ਪਾਲਿਸੀ ਨੇ ਨਵੀਆਂ ਆਰਥਿਕ ਨੀਤੀਆਂ ਇਹਨਾਂ ਤੋਂ ਗਰੇਜ ਕਰਨਾ ਪਊਗਾ ਇਹ ਇੱਕ ਗੱਲ ਹੈ ਕਿ ਆਰਥਿਕ ਸੁਧਾਰਾਂ ਦੇ ਨਾਂ ਤੇ ਇਹ ਪਾਲਿਸੀ ਦੀ ਲਾਗੂ ਕੀਤੀ ਜਾਂਦੀਆਂ ਨੇ ਜੀ ਆਰਥਿਕ ਸੁਧਾਰ ਤਾਂ ਉਹ ਹੁੰਦੇ ਨੇ ਜਿਹੜੇ ਬਹੁਤਿਆਂ ਦੀ ਭੈਤਰੀ ਲਈ ਹੋਣ ਹੂੰ ਤਾਂ ਉਹਨਾਂ ਨੂੰ ਆਰਥਿਕ ਸੁਧਾਰ ਕਹਾਂਗੇ ਇਹ ਤਾਂ ਆਰਥਿਕ ਨੀਤੀਆਂ ਨੇ ਬਹੁਤੇ ਲੋਕ ਤਾਂ ਜਿਹੜੇ ਹੈਗੇ ਆਪਣੇ ਆਪ ਤੋਂ ਥੱਲੇ ਆ ਰਹੇ ਨੇ ਰੋਜ਼ਗਾਰ ਖੋਇਆ ਜਾ ਰਿਹਾ ਹੈ ਰੋਟੀ ਖੋਈ ਜਾ ਰਹੀ ਹੈ ਉਹਦੀ ਲਿਵਿੰਗ ਥੱਲੇ ਆ ਰਹੀ ਹੈ ਫਿਰ ਉਹਨੂੰ ਆਰਥਿਕ ਸੁਧਾਰਨਾ ਕਹੀਏ ਅਸੀਂ ਇਹ ਕਹੀਏ ਕਿ ਸਰਮਾਇਦਾਰ ਤੇ ਕਾਰਪੋਰੇਸ਼ਨ ਦੇ ਹੱਕ 'ਚ ਬਣਾਈਆਂ ਨੇ ਨੀਤੀਆਂ ਨੇ ਜਿਹੜੀਆਂ ਆਮ ਲੋਕਾਂ ਨੂੰ ਤੰਗ ਕਰਦੀਆਂ ਨੇ ਇਸ ਲਈ ਕੱਲਾ ਸੀ ਭਾਰਤ ਦੀ ਗੱਲ ਨਾ ਕਰੀਏ ਜੇ ਪੂਰੀ ਦੁਨੀਆ ਦੀ ਗੱਲ ਕਰੀਏ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਹਾਈਲੀ ਡਿਵੈਲਪਡ ਕੰਟਰੀਜ਼ ਵੀ ਪਬਲਿਕ ਸੈਕਟਰ ਨੂੰ ਪ੍ਰਮੋਟ ਕਰਨ ਦੀ ਗੱਲ ਹੈ ਜਾਂ ਦੋ ਸਰਵਿਸਸ ਐਟ ਲੀਸਟ ਐਜੂਕੇਸ਼ਨ ਤੇ ਹੈਲਥ케ਅਰ ਉਹ ਕਹਿੰਦੇ ਵੀ ਆਮ ਲੋਕਾਂ ਨੂੰ ਸਰਕਾਰ ਦਵੇ ਇਸ ਲਈ ਸਾਨੂੰ ਉਧਰੋਂ ਆਬ ਦਾ ਰਾਹ ਬਦਲਣਾ ਪਊਗਾ ਤਾਂ ਹੀ ਅਸੀਂ ਸੁਖੀ ਬਸਾਂਗੇ ਤੇ ਜੇ ਮੈਂ ਖੇਤੀਬਾੜੀ ਦੇ ਖੇਤਰ 'ਚ ਗੱਲ ਕਰਾਂ ਹੂੰ 2011 'ਚ ਯੂਨਾਈਟਿਡ ਨੇਸ਼ਨਜ਼ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਦੱਸੇ ਜੇ ਸਾਰੀ ਦੁਨੀਆ ਲਈ ਅਨਾਜ ਸੁਰੱਖਿਆ ਦੇਣੀ ਹੈ ਤੇ ਦੁਨੀਆ ਦੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਪਰਿਵਾਰਕ ਖੇਤੀਬਾੜੀ ਵੱਲ ਆਉਣਾ ਪਊਗਾ ਪਰਿਵਾਰਕ ਖੇਤੀਬਾੜੀ ਦਾ ਭਾਵ ਹੈ ਉਹ ਕਿਸਾਨ ਜਿਹੜੇ ਆਪਣੀ ਫੈਮਿਲੀ ਦੀ ਲੇਬਰ ਨਾਲ ਰਲ ਕੇ ਖੇਤੀਬਾੜੀ ਕਰਦੇ ਨੇ ਇਸ ਲਈ ਛੋਟੀ ਕਿਸਾਨੀ ਖੇਤ ਮਜ਼ਦੂਰਾਂ ਦੇ ਪਿੰਡੂ ਕਾਰੀਗਰਾਂ ਦੀ ਖੇਤੀ ਗੱਲ ਦੀ ਗੱਲ ਕਰਦੇ ਆ ਉਹ ਕਾਰਪੋਰੇਸ਼ਨਾਂ ਦੀ ਗੱਲ ਨਹੀਂ ਕਰਦੇ ਉਹ سرمਾਈਦਾਰਾਂ ਦੀ ਗੱਲ ਨਹੀਂ ਕਰਦੇ ਜੇ ਕਾਰਪੋਰੇਸ਼ਨਾਂ ਨੂੰ ਅਸੀਂ ਖੇਤੀਬਾੜੀ ਸੈਕਟਰ ਦੇਤਾ ਤਾਂ ਫਸਲਾਂ ਪੈਦਾ ਹੋਣਗੀਆਂ ਪਰ ਜ਼ਰੂਰੀ ਨਹੀਂ ਕਿ ਉਹ ਅਨਾਜ ਪੈਦਾ ਕਰਨ ਉਹ ਤਾਂ ਉਹ ਫਸਲਾਂ ਪੈਦਾ ਜਨ ਜਨ ਸਭਾ ਦਾ ਕਰਨਗੇ ਜਿਨ੍ਹਾਂ ਦੀ ਜਿਨ੍ਹਾਂ ਤੋਂ ਉਹਨਾਂ ਨੂੰ ਨਫਾ ਜ਼ਿਆਦਾ ਹੋਊਗਾ ਦੇਸ਼ ਚ ਵਿਕਣ ਜਾਂ ਵਿਦੇਸ਼ ਚ ਵਿਕਣ ਪਰ ਪਹਿਲੀ ਲੋੜ ਤਾਂ ਖੇਤੀਬਾੜੀ ਚ ਸਾਡੀ ਢਿੱਡ ਦੀ ਹੁੰਦੀ ਹੈ ਅਨਾਜ ਦੀ ਹੁੰਦੀ ਹੈ ਉਹ ਤਾਂ ਸਾਨੂੰ ਇਹ ਪਰਿਵਾਰਕ ਖੇਤੀਬਾੜੀ ਉਸ ਤੋਂ ਵੀ ਅੱਗੇ ਸਹਿਕਾਰੀ ਖੇਤੀਬਾੜੀ ਤੋਂ ਮਿਲ ਸਕਦੀ ਹੈ ਥੋੜਾ ਜਿਹਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਪਾਲਸੀਜ਼ ਦੀ ਜਾਂ ਇੰਟਰਨੈਸ਼ਨਲ ਹਵਾਲਿਆਂ ਦੀ ਗੱਲ ਕਰਦੇ ਹੋ ਕਿਤੇ ਕੋਈ ਮਾਡਲ ਹੈਗਾ ਜਿਹੜਾ ਬਹੁਤ ਜ਼ਿਆਦਾ ਗੜਬੜ ਹੋਇਆ ਹੋਵੇ ਉਸ ਤੋਂ ਬਾਅਦ ਉਹਨਾਂ ਸੁਧਾਰ ਕੇ ਆਪਣਾ ਰਿਵਾਈਵ ਕੀਤਾ ਹੋਵੇ ਜੇ ਇਹ ਦੇਖਣਾ ਹੋਵੇ ਕਿ ਸਾਰੀ ਦੁਨੀਆ 'ਚ ਜਿਹੜੇ ਹਾਈ ਲੈਵਲ ਕੰਟਰੀਜ਼ ਨੇ ਇਹਨਾਂ 'ਚ ਵੀ ਇਹ 1947 ਤੋਂ 1980 ਨੂੰ 골ਡਨ 에ਰਾ ਮੰਨਿਆ ਜਾਂਦਾ ਓਕੇ ਇਸ ਸਮੇਂ ਦੌਰਾਨ ਇਹਨਾਂ ਕੰਟਰੀ 'ਚ ਮੀਡਲ ਕਲਾਸ ਵਧੀ ਆਰਥਿਕ ਪੜੇ ਘਟੇ ਪਰ ਉਸ ਤੋਂ ਬਾਅਦ ਲਗਾਤਾਰ ਉੱਥੇ ਵੀ ਜਿਹੜਾ ਕੈਪਟਲਿਜ਼ਮ ਨੇ ਰੀਮਰਜਨ ਕੀਤਾ ਸਭੋਂ ਇਹ ਕਾਰਪੋਰਟ ਵਾਰਲਡ ਬਹੁਤ ਸਟਰੋਂਗ ਅਗਰ ਰੀਮਰਜੈਂਟ ਆਪ ਦੀ emergency ਦੇ ਨਾਲ ਨਾਲ ਜੀ ਉਸ ਤੋਂ ਬਾਅਦ ਇਹ ਬਹੁਤ ਸਾਰੇ ਕੰਟਰੀ ਨੇ ਜਿੱਥੇ ਮਤਲ ਜਿਹੜਾ ਹੈਗਾ ਉਹਨਾਂ ਨੇ ਆਪ ਦੇ ਪਾਲਿਸੀਜ਼ ਨੂੰ ਬਦਲਿਆ ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਇਹ ਉਹਨਾਂ ਦਾ ਸੋਸ਼ਲ ਸਿਕਿਉਰਿਟੀ ਨੈਟਵਰਕ ਦੇਖੋ ਉਹਦਾ ਐਜੂਕੇਸ਼ਨ ਹੈਲਥ케ਅਰ ਦੇਖੋ ਉਹ ਤਾਂ ਮਤਲ ਕਮਾਲ ਦੇ ਨੇ ਜਿੱਥੋਂ ਹਾਈ ਲੈਵਲ ਵਾਲੇ ਕੰਟਰੀਜ਼ ਵੀ ਉਹਨਾਂ ਨੂੰ ਕੋਟ ਕਰਦੇ ਆ ਕਿ ਸਾਨੂੰ ਉਧਰ ਨੂੰ ਆਉਣਾ ਚਾਹੀਦਾ ਹੈਗਾ ਇਸ ਲਈ ਜੇ ਇਹ ਗੱਲਾਂ ਦੇਖੀਏ ਭਾਵੇਂ ਇਹ ਗੱਲਾਂ ਦੇਖਣ ਦਾ ਜੇ ਸਾਡੇ ਕੋ ਕੋਈ ਮੌਕਾ ਵੀ ਨਾ ਹੋ ਜਿਹੜਾ ਕਿ ਹੈਗਾ ਤਾਂ ਅਸੀਂ ਆਪਣੇ ਦੇਸ਼ ਨੂੰ ਕਿਉਂ ਨਾ ਠੀਕ ਕਰੀਏ ਆਪਣੇ ਦੇਸ਼ ਨੂੰ ਠੀਕ ਕਰ ਲਈ ਜ਼ਰੂਰੀ ਨਹੀਂ ਕਿ ਕੋਈ ਹਿਸਟੋਰੀਕਲ ਐਗਜ਼ਾਮਪਲ ਹੋਵੇ ਪਰ ਮੈਂ ਤੁਹਾਨੂੰ ਦਿੰਦਾ ਹੈ ਜਿਹੜੇ ਯੂਰੋਪੀਅਨ ਕੰਟਰੀ ਦਾ ਉਹਦੀ ਐਗਜ਼ਾਮਪਲ ਹੈਗੀ ਕਿ ਉਹ ਵੀ ਕੈਪੀਟਲਿਜ਼ਮ ਦੇ ਅਖੀਰ ਤੋਂ ਜਾ ਕੇ ਜਿਹੜਾ ਹੈਗਾ ਮੁੜ ਕੇ ਇਧਰ ਨੂੰ ਸੋਸ਼ਲ ਸਿਕਿਉਰਿਟੀ ਵੱਲ ਨੂੰ ਆ ਰਿਹਾ ਹੈ ਪਬਲਿਕ ਸਰਵਿਸ ਵੱਲ ਨੂੰ ਆ ਰਹੇ ਹੈਗੇ ਪਰ ਜਦੋਂ ਆਪਾਂ ਪੰਜਾਬ ਦੇ ਅੰਦਰ ਦੇਖਦੇ ਹਾਂ ਥੋੜਾ ਜਿਹਾ ਇਸ ਦੇ ਬਾਰੇ ਦੱਸੋ ਕਿ ਸਿਚੁਏਸ਼ਨ ਕਿੰਨੀ ਕੁ ਗੰਭੀਰ ਹੈ ਕਿਉਂਕਿ ਤੁਸੀਂ ਲਗਾਤਾਰ ਫਾਰਮਰ ਸੂਸਾਇਡ ਨੂੰ ਸਟੱਡੀ ਕੀਤਾ ਹੋਇਆ ਤੁਸੀਂ ਨਿੱਕੀ ਕਿਸਾਨੀ ਨੂੰ ਸਟੱਡੀ ਕਰ ਰਹੇ ਹੋ ਨਿੱਕੀ ਕਿਸਾਨੀ ਦੇ ਨਾਲ ਵਾਕੇ ਮਜ਼ਦੂਰਾਂ ਦੀ ਤੇ ਜਿਹੜੇ ਕਿਸਾਨੀ ਖੇਤੀਬਾੜੀ ਦੇ ਨਾਲ ਜੁੜੇ ਹੋਏ ਹੋਰ ਟੂਲ ਹੈ ਉਹਨਾਂ ਦੇ ਨਾਲ ਜੁੜੇ ਹੋਏ ਪਰਿਵਾਰਾਂ ਦਾ ਵੱਡਾ ਮਸਲਾ ਤਾਂ ਹੈ ਹੀ ਹੈ ਪੰਜਾਬ ਦੀ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੇ ਅਨਾਸ਼ ਰੱਖਿਆ 'ਚ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਜੀ ਇਹ ਇਹਦੇ ਵਿੱਚ ਜੇ ਅਸੀਂ ਅਨਾਜ ਸੁਰੱਖਿਆ ਦੀ ਗੱਲ ਕਰੀਏ ਤਾਂ ਅਨਾਜ ਸੁਰੱਖਿਆ ਦੇ ਵਿੱਚ ਜਦੋਂ ਪੀਐਲ 480 ਥਲੇ ਅਮਰੀਕਾ ਤੋਂ ਅਨਾਜ ਮੰਗਵਾ ਰਹੇ ਸੀ ਉਸ ਸਮੇਂ ਜਿਹੜੀ ਖੇਤੀਬਾੜੀ ਦੀ ਨਵੇਂ ਯੁੱਗਤ ਅਪਣਾਈ ਗਈ ਇਹ ਉਹ ਵੱਧ ਝਾੜ ਦੇਣ ਵਾਲੇ ਬੀਜਾਂ ਯਕੀਨੀ ਸਿੰਚਾਈ ਰਸਾਇਣਿਕ ਖਾਦਾਂ ਕੀਟਨਾਸ਼ਕਾਂ ਨਦੀਨਨਾਸ਼ਕਾਂ ਉਲੀਨਾਸ਼ਕਾਂ ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗ ਦਾ ਇੱਕ ਪਲੰਦਾ ਸੀ ਜੀ ਤੇ ਉਸ ਮੌਕੇ ਸਭ ਤੋਂ ਪਹਿਲਾਂ ਕਣਕ ਤੋਂ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ ਕਿਉਂਕਿ ਇੱਥੋਂ ਦੇ ਕਿਸਾਨ ਖੇਤ ਮਜ਼ਦੂਰ ਤੇ ਪਿੰਡ ਛੋਟੇ ਕਾਰੀਗਰ ਬਹੁਤ ਮਿਹਨਤੀ ਸੀ ਤੇ ਇੱਥੋਂ ਦੇ ਕੁਦਰਤੀ ਸਾਧਨ ਵੀ ਅਮੀਰ ਸੀ ਕੁਦਰਤੀ ਸਾਧਨ ਚ ਭੂਮੀ ਭੂਮੀ ਦੀ ਸਿਹਤ ਆਵਾਵਾ ਤੇ ਧਰਤੀ ਹੇਲਾ ਪਾਣੀ ਸਾਡਾ ਜਿਹੜਾ ਬਹੁਤ ਜਿਹੜਾ ਹੈ ਅਮੀਰ ਸੀ ਸਾਡੇ ਕੁਦਰਤੀ ਸਾਧਨ ਜਦੋਂ ਕਣਕ ਤੋਂ ਕਣਕ ਦੇ ਵਿੱਚ ਉਤਪਾਦਕਤਾ ਦੇ ਉਤਪਾਦਨ ਵਧਣ ਦੇ ਰੂਪ ਦੇ ਵਿੱਚ ਕੇਂਦਰ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਹੋਈਆਂ ਕੇਂਦਰ ਨੂੰ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਲਈ ਮਾੜੀ ਸਿਚੁਏਸ਼ਨ 'ਚੋਂ ਨਾ ਲੰਘਣਾ ਪਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਧਾਨ ਦੀ ਫਸਲ ਵੀ ਪੰਜਾਬ ਦੇ ਕਿਸਾਨਾਂ ਨੇ ਸਿਰ ਮਢੀ ਗਈ ਤੇ ਨਾਲ ਨਾਲ ਪਹਿਲਾਂ-ਪਹਿਲਾਂ ਖੇਤੀਬਾੜੀ ਜਨਸ ਨੇ ਕੀਮਤਾਂ ਨਫੇ ਵਾਲੀਆਂ ਦਿੱਤੇ ਗਿਆ ਪੰਜਾਬ ਇੱਕ ਮੌਕੇ ਪੂਰੇ ਭਾਰਤ ਦੀ ਇੱਕ ਨੰਬਰ ਸਟੇਟ ਸੀ ਅੱਜ ਪੰਜਾਬ 19ਵੀਂ ਸਟੇਟ ਹੈ ਟਰਾਂਸਫੇਟਸ ਨਾਲ ਤਾਂ ਉੱਪਰ ਨੇ ਉਹ ਵੀ ਪਰ ਕੈਪੀਟਾ ਦੇ ਹਿਸਾਬ ਨਾਲ ਜਦੋਂ ਕਿ ਪਰ ਕੈਪੀਟਾ ਪ੍ਰਤੀ ਜੀ ਜਿਹੜੀ ਆਉਂਦੀ ਹੈ ਉਹ ਜਿੰਨਾ ਕੁਝ ਦਿਖਾਉਂਦੀ ਹੈ ਉਸ ਤੋਂ ਵੱਧ ਲੁਕੋਵੀ ਜਾਂਦੀ ਹੈ ਕਿ ਉੱਪਰ ਲਿਆਂਦੇ ਆ ਤੇ ਬਿਲਕੁਲ ਥੱਲੇ ਵਾਲਿਆਂ ਦੀ ਐਵਰੇਜ ਲੈ ਜਾਂਦੇ ਆ ਪਰ ਜੇ ਉਹਨੂੰ ਵੀ ਮੰਨ ਲਿਆ ਜਾਵੇ ਤਾਂ ਵੀ ਅਸੀਂ ਥੱਲੇ ਗਿਆ ਉਹਦਾ ਕਾਰਨ ਕੀ ਹੈ ਕਿ ਮੁੱਖ ਤੌਰ ਤੇ ਅਸੀਂ ਖੇਤੀਬਾੜੀ ਦੇ ਨਿਰਪਰ ਹਾਂ ਅਸੀਂ ਕੇਂਦਰੀ ਅਨਾਜ ਭੰਡਾਰ ਲਈ ਅਨਾਜ ਪੈਦਾ ਕਰਦੇ ਰਹਾਂ ਉਹ ਲਗਾਤਾਰ ਘਟੇ ਵਾਲਾ ਸੌਦਾ ਹੈਗਾ ਇਸ ਕਰਕੇ ਜਦੋਂ ਕਿ ਕਿਸਾਨੀ ਜਿਹੜਾ ਖੇਤੀਬਾੜੀ ਖੇਤਰ ਹੈ ਉਹ ਚ ਕਿਸਾਨ ਖੇਤਮੇਦੂ ਦੇ ਪਿੰਡੂ ਗਾਰੀ ਗਰ ਥੱਲੇ ਆ ਰਹੇ ਨੇ ਤਾਂ ਓਵਰਆਲ ਪੰਜਾਬ ਦੀ ਮੰਡੀ ਵੀ ਥੱਲੇ ਆ ਰਹੀ ਹੈ ਇਸ ਕਰਕੇ ਅਸੀਂ ਪਿੱਛੇ ਜਾ ਰਹੇ ਹਾਂਗੇ ਜਿਹਦੇ ਕਰਕੇ ਜਿਹੜੀ ਪੰਜਾਬ ਦੀ ਹਾਲਤ ਹੈ ਉਹ ਨਿੱਗਰਦੀ ਜਾ ਰਹੀ ਹੈ ਅਸੀਂ ਇੰਡਸਟਰੀ ਡਿਵੈਲਪ ਕਰਨ ਦੀ ਗੱਲ ਕਹਿੰਦੇ ਹਾਂ ਅਸੀਂ ਕਰਨੀ ਸੀ ਐਗਰੋ ਬੇਸਡ ਇੰਡਸਟਰੀ ਉਹ ਵੀ ਕੋਆਪਰੇਟਿਵਸ ਤਾਂ ਕਿ ਉਥੇ এমਪਲੋਇਮੈਂਟ ਵੀ ਜਨਰੇਟ ਹੋਵੇ ਵੈਲਿਊ ਐਡੀਸ਼ਨ ਵੀ ਹੋਵੇ ਤੇ ਉਹਦਾ ਫਾਇਦਾ ਉਹਨਾਂ ਲੋਕਾਂ ਨੂੰ ਮਿਲੇ ਤੇ ਇਹਦੇ ਨਾਲ ਨਾਲ ਅਸੀਂ ਪੰਜਾਬ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਦਾ ਫਰਜ ਬਣਦਾ ਸੀ ਉਹਦਾ ਬਣਦਾ ਸੀ ਕਿ ਜਿੰਨੀ ਸਾਡੀ ਵੱਡੀ ਕੰਟਰੀਬਿਊਸ਼ਨ ਹੈ ਘਾਟਾ ਪਾਪ ਆ ਕੇ ਕੇਂਦਰ ਦੇ ਨਾਜ ਪੰਡਾਦਿਆਂ ਲੋੜਾਂ ਪੂਰੀਆਂ ਕੀਤੇ ਨੇ ਇੱਥੇ ਸਾਨੂੰ ਵੱਖ-ਵੱਖ ਪੱਖਾਂ ਤੋਂ ਜਿਹੜਾ ਹੈਗਾ ਡਿਵੈਲਪ ਕੀਤਾ ਜਾਂਦਾ ਪਰ ਸਾਡਾ ਦਾ ਪਹਾੜੀ ਸਟੇਟਾਂ ਦੇ ਨਾਂ ਤੇ ਸਾਡੀ ਇੰਡਸਟਰੀ ਦਾ ਵੱੱਦੀ ਜਾਂ ਹੋਰ ਜਗ੍ਹਾ ਜਾ ਰਹੀ ਜੀ ਤੇ ਇਸ ਤਰ੍ਹਾਂ ਹੀ ਹੋਰ ਸਾਡਾ ਸਤਿਆਨਾਸ਼ ਹੋਇਆ ਇਸ ਲਈ ਜਿਹੜਾ ਹੁਣ ਪੰਜਾਬ ਦੀ ਹਾਲਤ ਹੈ ਪੰਜਾਬ ਦੀ ਹਾਲਤ ਹੈ ਕਿ ਖੁਦਕਸ਼ੀਆਂ ਭਾਵੇਂ ਸਰਕਾਰੀ ਅੰਕੜਿਆਂ 'ਚ ਬਹੁਤ ਥੋੜੀਆਂ ਦਿਖਾਈ ਜਾ ਰਹੇ ਨੇ ਪਰ ਉਹਦੀ ਗਿਣਤੀ ਕਾਫੀ ਵੱਧ ਹੈ ਖਾਸ ਕਰਕੇ ਖੇਤੀਬਾੜੀ ਖੇਤਰ 'ਚ ਜੀ ਜੇ ਉਹਦੇ ਵਿੱਚੋਂ ਨਿਕਲਣਾ ਹੈ ਤਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਰਲ ਕੇ ਇਮਾਨਦਾਰੀ ਵਾਲੇ ਹੰਬਲੇ ਮਾਰਨੇ ਪੈਣਗੇ ਤਾਂ ਕਿ ਖੇਤੀਬਾੜੀ ਖੇਤਰ ਨੂੰ ਸੰਭਾਲਿਆ ਜਾ ਸਕੇ ਫਿਰ ਇਹਦੇ ਖੇਤੀਬਾੜੀ ਦੇ ਨਿਰਪਰ ਜਿਹੜੇ ਅਯੋਗ ਆ ਪਿੰਡਾਂ ਚ ਹੋਣ ਉਹਦੇ ਨਾਲ ਰੋਜ਼ਗਾਰ ਤੇ ਵੈਲਿਡੇਸ਼ਨ ਦਾ ਫਾਇਦਾ ਹੋਵੇ ਤੇ ਹੋਰ ਇਧਰ ਨੂੰ ਹੋਰ ਤਰ੍ਹਾਂ ਦੇ ਹੰਬਲੇ ਮਾਰਨੇ ਪੈਣਗੇ ਜਿਹਦੇ ਨਾਲ ਅਸੀਂ ਸਾਰੇ ਸੁਖੀ ਬਸ ਸਕੀਏ ਇੱਕ ਅਬਜ਼ਰਵੇਸ਼ਨ ਇਸ ਤਰ੍ਹਾਂ ਦੀ ਵੀ ਹੈ ਕਿ ਜਦੋਂ ਆਪਾਂ ਪੰਜਾਬ ਨੂੰ ਦੇਖਦੇ ਆ ਉਹਦੇ ਅੰਦਰ ਦੋ ਤਿੰਨ ਚੀਜ਼ਾਂ ਆਮ ਹੈ ਇਥੇ ਹਾਈਲਰ ਸੈਂਟਰ ਸਭ ਤੋਂ ਜ਼ਿਆਦਾ ਨੇ ਪਲੱਸ 2 ਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਵਿੱਚ ਹੁਣ ਬੱਚੇ ਘਟ ਜਾ ਰਹੇ ਨੇ ਤੇ ਜਦੋਂ ਆਪਾਂ ਚੰਡੀਗੜ੍ਹ ਨੂੰ ਹੀ ਵੇਖ ਲਈਏ ਤੇ ਕਿਸੇ ਵੇਲੇ ਟਰਾਈ ਸਿਟੀ ਸੀ ਉਹ ਪਰ ਇਸ ਵਕਤ ਚੰਡੀਗੜ੍ਹ ਜ਼ੀਰਕਪੁਰ ਦੇ ਨਾਲ ਨਾਲ ਇੱਥੋਂ ਤੱਕ ਬਨੂੜ ਖਰੜ ਲਾਂਡਰਾ ਕੁਰਾਲੀ ਪੰਚਕੁਲਾ ਇਹਨਾਂ ਵੱਡਾ ਫੈਲਾ ਡੇਰਾ ਬਸ ਬਸ ਹੀ ਪਠਾਨਾ ਤੱਕ ਡੇਰਾਬਸੀ ਤੱਕ ਆ ਗਿਆ ਆ ਮਤਲਬ ਸਿਚੁਏਸ਼ਨ ਇਹ ਹੈ ਕਿ ਪਿੰਡਾਂ ਨੂੰ ਸ਼ਹਿਰ ਆਪਣੇ ਕਲਾਵੇ ਚ ਲੈ ਰਹੇ ਨੇ ਪਿੰਡ ਸ਼ਹਿਰਾਂ ਨੂੰ ਸ਼ਿਫਟ ਹੋ ਰਹੇ ਨੇ ਅਤੇ ਬੱਚੇ ਬਾਹਰ ਨੂੰ ਪ੍ਰਵਾਸ ਕਰ ਰਹੇ ਨੇ ਇਹੋ ਜੀ ਸਿਚੁਏਸ਼ਨ ਦੇ ਅੰਦਰ ਅਸੀਂ ਐਗਰੀਰੀਅਨ ਇਕਨੋਮੀ ਜਾਂ ਇੱਕ ਖੇਤੀਬਾੜੀ ਜਾਂ ਇੱਕ ਕਿਸਾਨ ਦਾ ਤੇ ਜ਼ਮੀਨ ਦੇ ਰਿਸ਼ਤੇ ਨੂੰ ਕਿੰਨਾ ਕ ਸੰਭਾਲ ਸਕਦੇ ਆ ਜੇ ਸਰਕਾਰ ਦੀ ਪਾਲਿਸੀਆਂ ਤੋਂ ਅਲੱਗਾ ਗੱਲ ਕਰੀਏ ਇੱਕ ਦਾ ਇਹ ਦੇਖੋ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਦੀ ਗੱਲ ਕੀਤੀ ਹੈ ਜਦੋਂ ਪਿੰਡਾਂ 'ਚ ਰੋਜ਼ਗਾਰ ਖੋਵਾਂਗੇ ਰੋਟੀ ਖੋਵਾਂਗੇ ਅਣਸਰ ਦੇ ਨੂੰ ਕੁਝ ਲੋਕਾਂ ਨੇ ਸ਼ਹਿਰਾਂ ਵੱਲ ਨੂੰ ਜਾਣਾ ਕੋਈ ਮੌਕਾ ਸੀ ਜਦੋਂ ਸ਼ਹਿਰਾਂ 'ਚ ਰੋਜ਼ਗਾਰ ਸੀ ਜਿਹੜੇ ਲੋਕ ਉੱਥੇ ਚਲੇ ਗਏ ਉਹ ਉੱਥੇ ਬਸ ਗਏ ਸ਼ਹਿਰਾਂ ਦੇ ਵਿੱਚ ਜਿਹੜੀ ਗੱਲ ਤੁਸੀਂ ਪਿੰਡਾਂ ਦੇ ਖੋਲੇ ਵਣਨ ਦੀ ਕੀਤੀ ਹੈ ਕਿ ਪਿੰਡਾਂ ਤੋਂ ਆਈਲੈਂਡ ਸੈਂਟਰ ਖੁੱਲਣ ਕਰਕੇ ਬਲਦੇਸ਼ਾਂ ਜਾ ਰਿਹਾ ਹੈ ਤੇ ਬਲਦੇਸ਼ਾਂ ਜਾਣ ਪਿੱਛੇ ਇਹ ਸਾਡੇ ਦੇਸ਼ ਦੀਆਂ ਤੇ ਸਾਡੇ ਸੂਬੇ ਦੀਆਂ ਨੀਤੀਆਂ ਜ਼ਿੰਮੇਵਾਰ ਨੇ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਰਹੇ ਇਸੇ ਕਰਕੇ ਨੌਜਵਾਨ ਵੱਡੀ ਗਿਣਤੀ ਚ ਪੰਜਾਬ ਤੋਂ ਭੱਜਣ ਦੀ ਤਿਆਰੀ ਚ ਨੇ ਜਾਂ ਭੱਜ ਗਏ ਹੋਰ ਜਿਹੜਾ ਹੈਗਾ ਐਲ ਐਸ ਸੈਂਟਰ ਖੁੱਲੇ ਨੇ ਜਿੱਥੇ ਮੌਕਾ ਮਿਲਦਾ ਉਹ ਜਾ ਰਹੇ ਨੇ ਪਰ ਕੀ ਉੱਥੇ ਜਾ ਕੇ ਕੋਈ ਸਾਲਵੇਸ਼ਨ ਹੈਗੀ ਜਵਾਬ ਇਹਦਾ ਹੈਗਾ ਨਹੀਂ ਕਿਉਂਕਿ 10+2 ਵਾਲੇ ਜਿਹੜੇ ਬੱਚੇ ਇੱਥੋਂ ਜਾ ਕੇ ਬੰਗਲਾਦੇਸ਼ian ਜਾ ਰਹੇ ਨੇ ਉਹ ਉੱਥੇ ਇਹ ਚ ਕੋਈ ਵੀ ਸ਼ੱਕ ਨਹੀਂ ਕਿ ਜੇ ਦੋ ਡੰਗ ਦੀ ਰੋਟੀ ਉੱਥੇ ਰੋਟੀ ਥੋੜੀ ਸੌਖੀ ਉਹਨਾਂ ਨੂੰ ਮਿਲ ਸਾਈਏ ਜੇ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਪਰ ਉੱਥੇ ਜਾ ਕੇ ਉਹ ਪਲੇਸ ਕਿੱਥੇ ਹੋ ਰਹੇ ਨੇ ਪਹਿਲੀ ਗੱਲ ਜਿਹੜੇ ਕਾਲਜਾਂ ਚ ਪੜ੍ਹਦੇ ਨੇ ਉਹਦਾ ਲੈਵਲ ਬਹੁਤ ਨਹੀਂ ਮੈਂ ਜਸਟ ਸਰਟੀਫਿਕੇਸ਼ਨ ਹੈਗੀ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਉਹ ਥੱਲੇ ਵਾਲੇ ਇਨਕਮ ਗਰੁੱਪ ਦੀਆਂ ਨੇ ਇਸ ਲਈ ਇੱਥੋਂ ਬੌਧਕ ਹੁੰਜਾ ਏ ਸਾਡੇ ਪੂੰਜੀ ਦਾ ਹੁੰਜਾ ਤੇ ਜਨਸੰਖਿਆਕ ਲਾਭਾਂਸ ਦਾ ਨੁਕਸਾਨ ਕਰਦੇ ਹੋਏ ਉਹ ਬੱਚੇ ਉੱਥੇ ਸੈਟਲ ਹੋ ਰਹੇ ਨੇ ਤੇ ਉੱਥੇ ਸਭ ਤੋਂ ਥੱਲੇ ਵਾਲੇ ਇਨਕਮ ਗਰੁੱਪ ਵਿੱਚ ਪਲੇਸ ਹੋਣਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਐਜੂਕੇਸ਼ਨ ਇਹ ਫਾਰਮਲ ਹੈ ਕਿ ਉਹਨਾਂ ਨੇ ਉੱਥੇ ਪੀਆਰ ਲੈਣੀ ਹੈ ਉਸ ਤੋਂ ਬਾਅਦ ਜਦ ਉਹ ਆਪ ਇਹ ਸਭ ਇਥੇ ਮਿਡਲ ਇਨਕਮ ਗਰੁੱਪ ਚੋਂ ਜਾ ਰਹੇ ਆ ਜਾਂ ਅਪਰ ਮਿਡਲ ਇਨਕਮ ਗਰੁੱਪ ਚੋਂ ਉਹਨਾਂ ਜੋ ਵੱਡੀ ਗਿਣਤੀ ਉੱਥੇ ਲੋਏਸਟ ਇਨਕਮ ਗਰੁੱਪ ਵਿੱਚ ਪਲੇਸ ਹੋ ਰਹੀ ਹੈ ਸਾਰੇ ਉਮਰ ਉਹੀ ਆਰਥਿਕ ਦਾਦਾ ਭਾਰ ਨਹੀਂ ਢੋਣਗੇ ਸਗੋਂ ਉਹਦੇ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਜੋ ਵੀ ਬੁੱਧੀਆਂ ਦੀ ਐਜੂਕੇਸ਼ਨ ਤੇ ਬ੍ਰੌਟ ਅਪ ਵੀ ਉਸ ਮਾਹੌਲ 'ਚ ਹੋਊਗਾ ਇਸ ਲਈ ਗੱਲ ਤਾਂ ਇਹ ਬਣਦੀ ਹੈਗੀ ਕਿ ਜੇ ਪਿੰਡਾਂ ਤੋਂ ਸ਼ਹਿਰਾਂ ਨੂੰ ਪ੍ਰਵਾਸ ਘਟਾਉਣਾ ਹੈ ਖਾਸ ਕਰਕੇ ਪਿੰਡਾਂ ਤੋਂ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਘਟਾਉਣਾ ਹੈ ਤਾਂ ਪਿੰਡਾਂ ਦੀਆਂ ਇਕਨੋਮੀਆਂ ਨੂੰ ਸਾਨੂੰ ਵਧਿਆ ਕਰਨਾ ਪਊਗਾ ਜੇ ਇਹ ਗੱਲ ਨਾ ਹੁੰਦੀ ਜਦੋਂ ਕਿਸਾਨ ਸੰਘਰਸ਼ ਚੱਲਿਆ ਸੀ ਤਾਂ ਬਾਹਰਲੇ ਦੇਸ਼ਾਂ 'ਚ ਇੱਥੋਂ ਗਏ ਬੱਚੇ ਵੱਡੀ ਗਿਣਤੀ 'ਚ ਉੱਥੇ ਡਮ ਜਿਹੜੇ ਮਾਰ ਸਟ੍ਰਾਗਲ ਚੱਲੇ ਜਾਂ ਡਿਮੋਨਸਟ੍ਰੇਸ਼ਨ ਸੀ ਉਹ ਚ ਭਾਗ ਕਿਉਂ ਲੈਂਦੇ ਕਿਉਂਕਿ ਉਹਨਾਂ ਨੂੰ ਉਹਦੇ ਜੜਾਂ ਦਾ ਅਹਿਸਾਸ ਹੈ ਜੇ ਜੜਾਂ ਜਿਉਂਦੀਆਂ ਜਾਗਦੀਆਂ ਹੋਣ ਤਾਂ ਉਹ ਵਾਪਸ ਆਉਣਗੇ ਇਸ ਲਈ ਪੰਜਾਬ ਦੀਆਂ ਜੜਾਂ ਨੂੰ ਬਚਾਉਣ ਦੀ ਲੋੜ ਹੈ ਜਿਹੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰ ਸਕਦੀ ਹੈ ਤੇ ਸਾਡਾ ਸਮਾਜ ਵੀ ਉਹਦਾ ਯੋਗਦਾਨ ਪਾ ਸਕਦਾ ਆਖਰੀ ਸਵਾਲ ਹੈ ਮੇਰਾ ਡਾਕਟਰ ਸਾਹਿਬ ਕਿ ਤਿੰਨ ਕਾਨੂੰਨ ਵਾਪਸ ਲੈਣ ਦਾ ਐਲਾਨ ਤਾਂ ਹੋ ਗਿਆ ਹਾਂਜੀ ਜਿਹੜੀ ਆਪਾਂ ਆਪਣੀ ਗੱਲਬਾਤ ਦੇ ਵਿੱਚ ਪੋਜੀਸ਼ਨ ਹੈ ਉਹ ਸਾਨੂੰ ਸਮਝ ਆ ਰਹੀ ਹੈ ਕਿ ਐਗਰੀਅਨ ਐਗਰੀਅਨ ਇਕਨੋਮੀ ਦੀ ਪੋਜੀਸ਼ਨ ਸਹੀ ਨਹੀਂ ਹੈ ਫਿਰ ਮਤਲਬ ਹੁਣ ਕਿੱਧਰ ਨੂੰ ਜਾਏਗੀ ਚੀਜ਼ ਦੇਖੋ ਤਿੰਨ ਕਾਨੂੰਨ ਇਹਦੇ ਅਪੀਲ ਹੋ ਗਿਆ ਕਿ ਪ੍ਰਾਈਮ ਮਿਨਿਸਟਰ ਨੇ ਕਹਤਾ ਇਹ ਨਹੀਂ ਉਹ ਪਾਰਲੀਮੈਂਟ ਚ ਜਿਹੜਾ ਹੈਗਾ ਉਹਦਾ ਪ੍ਰੋਸੀਜਰ ਆ ਫਾਲੋ ਕਰਨਗੇ ਇਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਆਪਾਂ 5 ਜੂਨ 2020 ਵਾਲੀ ਸਿਚੁਏਸ਼ਨ 'ਚ ਆ ਜਾਵਾਂਗੇ ਜਿਹੜੀ ਕਿ ਬਹੁਤ ਮਾੜੀ ਸੀ ਦੇ ਗੱਲ ਹੈ ਕਿ ਉਹਨਾਂ ਸੁਧਾਰ ਰਹਿ ਕੇ ਮੇ ਜਾਵੇ ਜੇ ਸੁਧਾਰਨ ਦੀ ਗੱਲ ਤੁਸੀਂ ਕਰਦੇ ਹੋ ਪਹਿਲੀ ਗੱਲ ਤਾਂ ਮੈਂ ਜਿਵੇਂ ਦੋ ਦਿਨ ਮੇਰੀ ਇਸ ਗੱਲ ਚ ਕਹਿ ਚੁੱਕੇ ਹਾਂ ਸਾਨੂੰ ਆਰਥਿਕ ਵਿਕਾਸ ਮਾਡਲ ਲੋਕ ਪੱਖੀ ਤੇ ਕੁਦਰਤ ਪੱਖੀ ਕਰਨਾ ਪਊਗਾ ਬਿਲਕੁਲ ਜੇ ਅਸੀਂ ਉਹ ਕਰਾਂਗੇ ਉਹਦੇ ਨਾਲ ਠੀਕ ਹੋਊਗਾ ਪਰ ਜੇ ਤ ਇਕੱਲੇ ਤਿੰਨ ਕਾਨੂੰਨ ਬਾਸ ਲਿਆ ਜਾਂਦੇ ਨੇ ਇਹ ਮਿਨਿਮਮ ਸਪੋਰਟ ਪ੍ਰਾਈਸਸ ਵਾਲੀ ਗੱਲ ਇਹ ਵਿਚੋ ਵਿਚਾਲੇ ਰੱਖ ਲਈ ਜਾਂਦੀ ਹੈ ਈਵਨ ਮਿਨਿਮਮ ਸਪੋਰਟ ਪ੍ਰਾਈਸ ਵਾਲੀ ਗੱਲ ਮੰਨ ਵੀ ਲਈ ਜਾਂਦੀ ਹੈ ਡਾਕਟਰ ਸੁਮਿੰਨਾਥ ਦੇ ਰეკਮੈਂਡੇਸ਼ਨ ਵੀ ਮੰਨ ਲਈ ਜਾਂਦੀ ਹੈ ਤਾਂ ਸਾਡੇ ਦੇਸ਼ ਦੇ 71% ਫਾਰਮਰ ਉਹ ਹੈ ਜਿੰਨਾਂ ਕੋਲ 1 ਹੈਕਟੇਰ ਤੋਂ ਘੱਟ ਜ਼ਮੀਨ ਹੈ 2.5 ਏਕੜ ਤੋਂ ਇਹ ਉਹਨਾਂ ਕੋ ਤਾਂ ਮੰਡੀ 'ਚ ਵੇਚਣ ਲਈ ਉਹ ਬਹੁਤ ਘੱਟ ਹੈ ਇਸ ਲਈ ਸਾਨੂੰ ਜਿਹੜਾ ਹੈਗਾ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ ਤੋਂ ਬਾਹਰ ਆਉਣ ਲਈ ਇਹਨਾਂ ਆਗਣ ਤੋਂ ਬਾਹਰ ਆਉਣ ਲਈ ਜਾਂ ਦੁੱਖਾਂ ਤੋਂ ਬਾਹਰ ਆਉਣ ਲਈ ਸਾਨੂੰ ਤਾਂ ਲੋਕਾਂ ਦੀ ਇੱਕ ਆਮਦਨ ਦਾ ਘੱਟੋ-ਘੱਟ ਬੱਧਰ ਸ਼ੋਰ ਕਰਨਾ ਪੈਣਾ ਹੈ ਉਹ ਕੱਲਾ ਮਿਨੀਮਮ ਸਪੋਰਟ ਪ੍ਰਾਈਸ ਨਾਲ ਨਹੀਂ ਹੁਣ ਮਿਨੀਮਮ ਸਪੋਰਟ ਪ੍ਰਾਈਸ ਇੰਪੋਰਟੈਂਟ ਨਹੀਂ ਰਦਰ ਰੈਮੂਨਰੇਟਿਵ ਪ੍ਰਾਈਸ ਇਸ ਇੰਪੋਰਟੈਂਟ ਹੈ ਜੀ ਵੱਡੇ ਗੱਲ ਤੇ ਹੈਗੇ ਕਿ ਉਹਨਾਂ ਲਈ ਰੋਜ਼ਗਾਰ ਕਿਵੇਂ ਪੈਦਾ ਕੀਤਾ ਜਾਵੇ ਉਹਨਾਂ ਲਈ ਆਮਦਨ ਦੇ ਸੋਮੇ ਕਿਵੇਂ ਪੈਦਾ ਕੀਤੇ ਜਾਣ ਇਹ ਉਹਦੇ ਲਈ ਤਾਂ ਮੁੜ ਕੇ ਫਿਰ ਉਹੀ ਗੱਲ ਆਉਂਦੀ ਹੈ ਕਿ ਜਿਹੜਾ ਉੱਪਰਲੇ 1% ਤੇ ਥੱਲੇ ਵਾਲੇ 99% ਦਾ ਗੈਪ ਹੈ ਉਹਨੂੰ ਘਟਾਉਣਾ ਪਊਗਾ ਜੀ ਉੱਪਰਲੇ 1% ਜਾਂ ਉੱਪਰਲੇ ਕੁਝ ਪਰਸੈਂਟ ਕੋ ਜਿਹੜਾ ਬੇਲੋੜਾ ਬੇਥਾ ਪੈਸਾ ਇਕੱਠਾ ਹੋ ਰਿਹਾ ਹੈ ਇਹ ਉਹਨਾਂ ਤੇ ਟੈਕਸ ਲਾ ਕੇ ਉਹਦੇ ਵੱਰ ਤੋਂ ਆਮ ਲੋਕਾਂ ਲਈ ਪਬਲਿਕ ਸਰਵਿਸ ਦੇ ਕੇ ਤੇ ਮੁੜ ਕੇ ਇਕਨੋਮੀ ਦਾ ਇੱਕ ਚੰਗਾ ਮਾਡਲ ਸਜ ਕੇ ਅਸੀਂ ਕਰ ਸਕਦੇ ਆ ਇਹ ਉਹੀ ਸਾਡੇ ਹੱਕ ਜਾਊਗਾ ਕਿਉਂਕਿ ਕੋਵਿਡ-19 ਨੇ ਜਿਹੜੀ ਚਿੱਟੇ ਦਿਨ ਵਰਗੀ ਸਚਾਈ ਆ ਉਹਨੂੰ ਹੋਰ ਸਾਹਮਣੇ ਲਿਆਤਾ ਕਿ ਸਾਡਾ ਕਾਰਾਂ ਕੋਠੀਆਂ ਹਵਾਈ ਜਹਾਜ਼ਾਂ ਫੋਨਾਂ ਤੇ ਹੋਰ ਬਲਾਸਤਾਂ ਚੀਜ਼ਾਂ ਬਿਨਾਂ ਤਾਂ ਸਰਜੂਗਾ ਸਾਡਾ ਰੋਟੀ ਬਿਨਾਂ ਨਹੀਂ ਸਰਨਾ ਰੋਟੀ ਸਾਨੂੰ ਖੇਤੀਬਾੜੀ ਖੇਤਾਂ ਨੇ ਦੇਣੀ ਆ ਪਰ ਖੇਤੀਬਾੜੀ ਖੇਤ ਰੋਟੀ ਤਾਂ ਦੇਊਗਾ ਜੇ ਅਸੀਂ ਇਹ ਛੋਟੇ ਵਰਗ ਨੇ ਜਿਹੜੇ ਖੇਤੀਬਾੜੀ ਦੇ ਕਿਸਾਨ ਖੇਤ ਮਜ਼ਦੂਰ ਪਿੰਡ ਛੋਟੇ ਕਾਰੀਗਰ ਜਿਹੜੇ ਉਹਨਾਂ ਨੂੰ ਜਿਉਂਦੇ ਰੱਖਾਂਗੇ ਉਹਨਾਂ ਨੂੰ ਜਿਉਂਦੇ ਰੱਖਣ ਲਈ ਜ਼ਰੂਰੀ ਹੈ ਕਿ ਉਹਨਾਂ ਦਾ ਰਾਸ਼ਟਰੀ ਆਮਦਨ ਵਿੱਚ ਹਿਸਾਬ ਦਾ ਆ ਜਾਵੇ ਜੇ ਰਾਸ਼ਟਰੀ ਆਮਦਨ ਦੇ ਹਿਸਾਬ ਹੋਣਾ ਹੈ ਤਾਂ ਸੁਭਾਵ ਤੌਰ ਤੇ ਦੇਸ਼ ਦੀਆਂ ਆਰਥਿਕ ਨੀਤੀਆਂ ਅਤੇ ਖੇਤੀਬਾੜੀ ਨੀਤੀਆਂ ਉਹਦੇ ਪੱਖ 'ਚ ਬਣਾਉਣੀਆਂ ਪੈਣਗੀਆਂ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸ਼ੁਕਰੀਆ ਤੁਹਾਡਾ ਜੀ ਜੀ